जस पंजाबी देखते हो सारे दर्शकों ने मेरे वालों प्यार भरी सत श्री अकाल तुहाडा स्वागत प्रोग्राम अज दा मुद्दा दे विच ते पहुंचे हां अज दे मोर्चे दे विच दिल्ली सिंघू बॉर्डर प्रोटेस्ट साइट ते जिस तरह तुहानू वादा कीता सी पहुंच के तुहानू ऑन द ग्राउंड रियालिटी दिखावांगे दो हफ्ते तो मैं इत्थे पहुंची हुई हां साडी न्यूज़ दी टीम इत्थे डे 1 तो पहुंची हुई है एंड जिस तरह इह हालात चेंज हो रहे है जिस तरह इत्थे दी कंडीशनस होर औखी हो रही हैं भावें ओह मीह करके होए ठंड करके होए होर 10 चीज़ां इत्थे लोगों नू प्रॉब्लम्स क्रिएट कर रही हैं उस सारी चीज़ों नू लैके तुहानू थोड़ी जी रियालिटी दसांगे बट साडी इह भी गल होई कि जिथे बिल्स नू लैके कि लीगल चीज़ां हैं जो इन बिल्स विच रिटन हैगियां किस तरह ये चीज़ इहदा हल हो सकता है रिजॉल्व हो सकता है एंड की अपडेट्स हन इन बिल्स नू लैके इन एक्ट्स नू लैके उहदी भी गल करांगे साडे नाल अज मेरे गैसट सानू ज्वाइन कर रहे हैं सरदार जोगिंदर सिंह जिंदू जी एडवोकेट जिन्होंने इन बिल्स नू एक एक पन्ने नू पढ़ के बार बार पढ़ के ये देखिया कि इन बिल्स विच कौन आखिरदार बेनीफिशियरी हैगा कौन इन बिल्स दे आपां कह सकदे आ इन बिल्स दे सब तो आपां कह सकदे आ रिस्क दे विच हन एंड की हल निकल सकदा है सब तो पहले जिंदू जी तुहाडा प्रोग्राम दे विच स्वागत सत श्री अकाल ਸਤਿ ਸ਼੍ਰੀ ਅਕਾਲ ਅਸਮਿਤਾ ਜੀ ਸਭ ਤੋਂ ਪਹਿਲਾਂ ਤਾਂ ਗੈਸਟ ਤੁਸੀਂ ਹੋ ਸਾਡੇ ਇਸ ਵੇਲੇ ਤੁਸੀਂ ਅਮਰੀਕਾ 'ਤੇ ਹੋ ਅਸੀਂ ਤੁਹਾਡੇ ਗੈਸਟ ਨਹੀਂ ਹਾਂ ਅਤੇ ਅਸੀਂ ਮਤਲਬ ਪਿਛਲੇ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਸੀ ਉਹਨਾਂ ਗੱਲਾਂ ਬਾਤਾਂ ਦੀ ਕੜੀ ਨੂੰ ਕੰਟੀਨਿਊ ਕਰਾਂਗੇ ਤੁਸੀਂ ਸਪੈਸ਼ਲ ਵਿਸ਼ੇਸ਼ ਤੌਰ 'ਤੇ ਇੱਥੇ ਆਏ ਹੋ ਇਸ ਨੂੰ ਕਵਰ ਕਰਨ ਲਈ ਫਿਜ਼ੀਕਲੀ ਜੀ ਜੀ ਕਿਉਂਕਿ ਜਿੰਦੂ ਜੀ ਤੁਸੀਂ ਕਿਹਾ ਸੀ ਵੀ ਬਾਹਰ ਬੈਠ ਕੇ ਉਹ ਗੱਲਾਂ ਨਹੀਂ ਪਤਾ ਲੱਗਦੀਆਂ ਜਿਹੜੀ ਜੇ ਤੁਸੀਂ ਗਰਾਊਂਡ ਰਿਐਲਿਟੀ ਤੇ ਜਾ ਕੇ ਦੇਖਦੇ ਜੀ ਜੀ ਜਿੰਦੂ ਜੀ ਇਸ ਵੇਲੇ ਆਪਾਂ ਤੁਹਾਡੇ ਇਸ ਟੈਂਟ ਦੇ ਬਾਹਰ ਹੈਗੇ ਸਰਬੱਤ ਦਾ ਭਲਾ ਤੁਸੀਂ ਟੈਂਟ ਲਗਾਇਆ ਹੋਇਆ ਇਹਦੇ ਵਿੱਚ ਮੈਡੀਕਲ ਸਹੂਲਤਾਂ ਹੈਗੀਆਂ ਲੇਡੀਜ਼ ਦੀ ਸਹੂਲਤ ਹੈ ਉਹ ਸਾਰੀ ਚੀਜ਼ਾਂ ਆਪਾਂ ਵਿਊਰਸ ਨੂੰ ਜ਼ਰੂਰ ਦਿਖਾਵਾਂਗੇ ਬਟ ਮੈਂ ਚਾਹੁੰਦੀ ਹਾਂ ਜੋ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਜੋ ਮੀਂਹ ਇੰਨੀ ਵੱਡੇ ਲੈਵਲ 'ਤੇ ਪਿਛਲੇ ਦੋ ਤਿੰਨ ਦਿਨਾਂ ਤੋਂ ਪੈ ਰਿਹਾ ਉਹਦੇ ਕੀ ਆਪਾਂ ਕਹਿ ਸਕਦੇ ਹਾਂ ਰੀਪਰਕਸ਼ਨਸ ਵੇਖਣ ਨੂੰ ਮਿਲ ਰਿਹਾ ਉਦਾਂ ਤਾਂ ਬਾਰਡਰ ਕਾਫੀ ਔਖੀ ਸਿਚੁਏਸ਼ਨ ਸੀਗੀ ਇਹ ਜੋ ਹਾਈਵੇ ਸੀਗਾ ਜਿਹਦੇ 'ਤੇ ਲੋਕਾਂ ਨੇ ਟੈਂਪਰੇਰੀ ਸ਼ੈਲਟਰਸ ਬਣਾਏ ਹੋਏ ਨੇ ਉਹ ਬਹੁਤ ਹੀ ਔਖੇ ਤਰ੍ਹਾਂ ਲੋਕ ਇੱਥੇ ਰਹਿ ਰਹੇ ਆ ਬਟ ਫਿਰ ਵੀ ਹੁਣ ਮੀਂਹ ਪੈ ਕੇ ਇੰਨਾ ਕਿਚੜ ਹੋ ਗਿਆ ਇਹ ਜੋ ਸਿਚੁਏਸ਼ਨ ਹੈ ਸਰ ਤੁਸੀਂ ਇੱਥੇ ਆ ਜਾਓ ਆਰਾਮ ਨਾਲ ਆ ਜਾਓ ਇੱਥੇ ਆ ਜਾਓ ਹੁਣ ਮੈਂ ਚਾਹਾਂਗੀ ਤੁਸੀਂ ਇੱਥੇ ਇੱਕ ਐਕਟਿਵ ਪਾਰਟਿਸਿਪੈਂਟ ਦੇ ਤੌਰ ਤੇ ਮੋਰਚੇ ਵਿੱਚ ਇਨਵੋਲਵਡ ਹੈਗੇ ਤੁਸੀਂ ਸਾਰਾ ਟਾਈਮ ਆਪਣਾ ਇੱਥੇ ਸਪੈਂਡ ਕਰਦੇ ਹੋ ਤੁਸੀਂ ਸਾਨੂੰ ਦੱਸੋ ਕਿ ਇਸ ਲੋਕੇਸ਼ਨ ਦੇ ਵਿੱਚ ਕਿਸ ਤਰ੍ਹਾਂ ਦਾ ਬਦਲਾਵ ਆਇਆ ਕਿੰਨੀ ਹੋਰ ਤੁਹਾਡੀ ਸਿਚੁਏਸ਼ਨ ਇੱਥੇ ਚੈਲੰਜਿੰਗ ਹੋ ਚੁੱਕੀ ਹੈ ਇਨ ਹਾਲਾਤਾਂ ਨੂੰ ਲੈ ਕੇ ਸਰ ਗੱਲ ਹੈ ਅਸ਼ਮਿਤਾ ਜੀ ਇਸ ਬਾਰਿਸ਼ ਨੇ ਨਾ ਸਿਚੁਏਸ਼ਨ ਤਾਂ ਜਦੋਂ ਤੁਸੀਂ ਕੈਂਪ ਲਾਈ ਬੈਠੇ ਹੋ ਨਾ ਤਾਂ ਅਦਰਵਾਈਜ਼ ਹੀ ਐਡਵਰਸ ਹੁੰਦੀ ਹੈ ਜਦੋਂ ਤੁਸੀਂ ਟੈਂਪਰੇਰੀ ਆਪਣੇ ਘਰ ਬਣਾਏ ਹੋਣ ਕਿਸੇ ਥਾਂ 'ਤੇ ਜਾ ਕੇ ਉਹ ਵੀ ਸੜਕ 'ਤੇ ਬਣਾਏ ਹੋਣ ਅਤੇ ਸੜਕ 'ਤੇ ਬਣਾ ਕੇ ਉੱਥੇ ਸਾਰੇ ਇੰਤਜ਼ਾਮ ਕੀਤੇ ਹੋਣ ਸੌਣ ਦੇ ਖਾਣ ਦੇ ਪੀਣ ਦੇ ਬੈਠਣ ਦੇ ਗੱਲਾਂ ਬਾਤਾਂ ਕਰਨ ਦੇ ਸਾਰੇ ਉਹ ਸਿਚੁਏਸ਼ਨ ਅਦਰਵਾਈਜ਼ ਆਪਣੇ ਆਪ 'ਚ ਇੱਕ ਐਡਵਰਸ ਹੁੰਦੀ ਹੈ ਸੈਕਿੰਡ ਸਿਚੁਏਸ਼ਨ ਐਡਵਰਸ ਹੁੰਦੀ ਹੈ ਜਦੋਂ ਤੁਸੀਂ ਕਨਫਰੰਟ ਕਰ ਰਹੇ ਹੋ ਕਿਸ ਐਸੀ ਫੋਰਸ ਨੂੰ ਜਿਹੜੀ ਫੋਰਸ ਦੇ ਮਤਲਬ ਦਿਮਾਗ ਤਾਂ ਹੋਰ ਤਰ੍ਹਾਂ ਦਾ ਦਿਲ ਵੀ ਹੈ ਮਤਲਬ ਉਸ ਨੂੰ ਤੁਸੀਂ ਕਰ ਰਹੇ ਹੋ ਜੇ ਕਿਸੇ ਦੇ ਦਿਲ ਹੋਵੇ ਕਿਸੇ ਦੀ ਆਤਮਾ ਜਾਗਦੀ ਹੋਵੇ ਤਾਂ ਐਟਲੀਸਟ ਘੱਟੋ ਘੱਟ ਜਿਹੜੀਆਂ ਸਿਚੁਏਸ਼ਨਸ ਫੇਸ ਕਰ ਰਹੇ ਆ ਲੋਕ ਉਹ ਡੈਫੀਨੇਟਲੀ ਉਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਵੱਖਰਾ ਸਵਾਲ ਹੈ ਐਜੀਟੇਟ ਕਰਨਾ ਕਿਸੇ ਦਾ ਰਾਈਟ ਹੈ ਮੈਂ ਅਸੀਂ ਐਜੀਟੇਟ ਕਰ ਰਹੇ ਹਾਂ ਕਿਸਾਨ ਐਜੀਟੇਟ ਕਰ ਰਿਹਾ ਉਹਨਾਂ ਦਾ ਰਾਈਟ ਹੈ ਐਜੀਟੇਟ ਕਰਨਾ ਕੌਨਸਟੀਟਿਊਸ਼ਨ ਰਾਈਟ ਹੈ ਉਹ ਕੋਈ ਇਲੀਗਲ ਨਹੀਂ ਕਰ ਰਹੇ ਕੁਛ ਵੀ ਉਹ ਸਾਰਾ ਕੁਝ ਲੀਗਲ ਕਰ ਰਿਹਾ ਉਹ ਆਪ ਕਹਿ ਚੁੱਕੇ ਹੈ ਕਿ ਇਹ ਮੂਵਮੈਂਟ ਹੈ ਪੀਸਫੁਲ ਹੈ ਇਸ ਮੂਵਮੈਂਟ ਨੇ ਦੱਸਤਾ ਕਿ ਜਦੋਂ ਲੱਖਾਂ ਲੋਕ ਇਕੱਠੇ ਹੋਏ ਹੋਣ ਤਾਂ ਇੱਕ ਵੀ ਵਾਇਲੈਂਸ ਦਾ ਕੇਸ ਨਾ ਹੋਇਆ ਹੋਵੇ ਸਿੰਗਲ ਕੇਸ ਭੰਨ ਤੋੜ ਦਾ ਨਾ ਹੋਇਆ ਕਿਸੇ ਦੇ ਗੱਡੀ ਦੀ ਝਰੀਟ ਵੀ ਨਾ ਲੱਗੀ ਹੋਵੇ ਕਿਸੇ ਦੀ ਪ੍ਰੋਪਰਟੀ ਦਾ ਡੈਮੇਜ ਦਾ ਕੋਈ ਨੁਕਸਾਨ ਨਾ ਹੋਇਆ ਹੋਵੇ ਉਹ ਸਾਰਾ ਕੁਝ ਬੜੇ ਮਤਲਬ ਬੋਲਡਰੀ ਔਰ ਬੜੇ ਆਰਾਮ ਨਾਲ ਫੇਸ ਕਰ ਰਿਹਾ ਸਿਚੁਏਸ਼ਨ ਐਡਵਰਸ ਹੋਰ ਕਰਤੀ ਠੰਡ ਨੇ ਔਰ ਬਾਰਿਸ਼ ਨੇ ਠੰਡ ਨੇ ਜਿਹੜੀ ਹੈ ਲੋਕਾਂ ਨੂੰ ਕਿਉਂਕਿ ਜਦੋਂ ਠੰਡ ਵਧੀ ਹੈ ਤਾਂ ਸਾਡੇ ਕੋਲ ਤਰਪਾਲਾਂ ਦੀ ਡਿਮਾਂਡ ਆਉਣੀ ਸ਼ੁਰੂ ਹੋ ਗਈ ਸੀ ਵੀ ਸਾਨੂੰ ਤਰਪਾਲਾਂ ਦਿਓ ਕਿਉਂਕਿ ਟਰਾਲੀ ਦਾ ਪਿਛਲਾ ਪਾਸਾ ਜਿਹੜਾ ਉੱਪਰੋਂ ਦਾ ਢਕਲੇ ਸਾਰੇ ਪਿਛਲਾ ਪਾਸਾ ਕਵਣੀ ਸੀ ਹਵਾ ਪੈਂਦੀ ਸੀ ਜਦੋਂ ਤਿੱਖੀਆਂ ਸੀਤ ਲਹਿਰ ਚੱਲੀ ਤਾਂ ਕੁਦਰਤੀ ਤੌਰ 'ਤੇ ਉਹਦੇ 'ਚ 90 ਸਾਲ ਦੇ ਬੰਦੇ ਵੀ ਬੈਠੇ ਆ ਉਹਦੇ 'ਚ ਮਤਲਬ ਲੇਡੀਜ਼ ਵੀ ਟਰਾਲੀਆਂ 'ਚ ਹੈਗੀਆਂ ਉਹਦੇ 'ਚ ਬੱਚੇ ਵੀ ਹੈ ਉਹ ਸਾਰੇ ਉਹ ਆਪਣੇ ਆਪ ਨੂੰ ਕਵਰ ਕਰਨ ਲਈ ਠੰਡ ਤੋਂ ਬਚਾਉਣ ਲਈ ਉਸ ਐਡਵਰਸਿਟੀ ਨੂੰ ਫੇਸ ਕਰ ਰਹੇ ਸੀ ਪਰ ਬੋਲਡਲੀ ਕਰ ਰਹੇ ਸੀ ਉਹਨਾਂ ਦੇ ਚਿਹਰੇ 'ਤੇ ਕੋਈ ਸ਼ਿਕਨ ਨਹੀਂ ਸੀ ਉਹਨਾਂ ਨੂੰ ਇਸ ਤਰ੍ਹਾਂ ਦਾ ਨਹੀਂ ਸੀ ਵੀ ਅਸੀਂ ਕਿਤੇ ਫਸ ਗਏ ਹਾਂ ਕਿਸੇ ਸਥਿਤੀ 'ਚ ਅਤੇ ਹੁਣ ਅਗਲੀ ਬਾਰਿਸ਼ ਨੇ ਕਰਤੀ ਤੁਸੀਂ ਦੇਖ ਰਹੇ ਹੋ ਆਹ ਹਿਊਮਨ ਦੇ ਰਹਿਣ ਦੀਆਂ ਅਵਸਥਾਵਾਂ ਹੀ ਨੇ ਜਿੱਥੇ ਬੈਠਿਆ ਇਹ ਕਿਸਾਨ ਹੈ ਇਹਨਾਂ ਦੇ ਆਪਣੇ ਘਰ ਹੈ ਚੰਗੀਆਂ ਥਾਂ ਮਤਲਬ ਜਿਹੜੇ ਰਹਿ ਸਕਦੇ ਖਾਸ ਕਰਕੇ ਬਹੁਤੀ ਕਿਸਾਨੀ ਪੰਜਾਬ ਦੀ ਹੈ ਇੱਥੋਂ ਇਸ ਬਾਰਡਰ 'ਤੇ ਅਤੇ ਹਰਿਆਣੇ ਵਾਲੇ ਲੋਕ ਹੈ
दोनों लोग जिहड़े किसान है उन्हां दे घरां दी हालतां जां बेशक उह करजई है बेशक उन्हां दी कई किस्म दी एडवर्सिटी है पर उह ठीक थावां ते रह रहे ठीक थावां ते रह रहे हुण इन्हां थावां ते रहना पै रिहा उन्हां नूं ते इन्हां थावां ते रहिंदे होए असीं जिहड़ा महसूस कर रहे हां जदों असीं मिल रहे हां उन्हां नूं इस एडवर्सिटी च उन्हां दे चेहरे ते कोई शिकन नहीं उन्हां नूं कोई पछतावा नहीं किसे गल दा वी असीं गलत थां ते किते मोर्चा ला लिया उन्हां च कोई निराशता नहीं है उन्हां दी दृढ़ता च कोई कमी नहीं आई उस तरह दृढ़ है उस तरह ही बुलंदियों से है उस तरह ही वह चढ़दियाँ कलों से है जो जो पंजाबी अक्सर कहता जो सुभा का हिस्सा सो सारा तुम देख रहे हो सर एक किसान ने जो मीह पैंदा है ये चंगी गल होंगी है उन्होंने फसलों में आप कह सकते हैं बाहर आ जाती है फसल उन्होंने उभर पैंती है खिल जाती है इस मोर्चे के मीह पैन का कोई होर ही मतलब है कानूनी तौर पर इस चीज का कोई ना कोई तो सरकार दे विच रिएक्शन होना चाहिए है, नहीं हाँ अशुता जी गल है भी ठीक है हाँ तुसी बिल्कुल कि जिहड़ी बारिश का पैना है ना किसानी के चेहरे ते रौनक आउंदी है खुशी की लहर दौड़ती है जे इत्थे बैठे है वो एडवर्स सिचुएशन फेस कर रहे हैं उन्हां दा अपनी फसल च ध्यान है ये मीह की जिहड़ी उन्हां नूं फेस करनी पै रही है ये उन्हां नूं घट लगती है जिहड़ा फायदा उन्हां नूं कह रहा भी साडी फसल का हो रहा फिर भी उन्हां दा मतलब जिहड़ा कुदरती तौर पर उन्हां दा ध्यान है भी साडी फसल जिहड़ी है इहदे नाल लहलहाऊगी बारिश नाल साडी जिहड़ी खास किस्म की बारिश का एक होर इफेक्ट हुंदा चंगा जिहड़ा पॉजिटिव है क्योंकि वातावरण से जोड़ा मतलब बहुत ज़्यादा पोल्यूशन है वह घट जाता है ठीक है उन्होंने गले थोड़े ठीक होंगे है उन्होंने जुकाम प्रॉब्लम थोड़िया ठीक होंगे वो भी एक फैक्टर है बारिश के ठीक होने का पर इतने जी सिचुएशन पैदा करती है बारिश ने इतने जो तुम एक नॉर्मल मैन के एंगल तो देखोगे छड़ दो किसान एक प्रूडेंट परसन जिन्हों कहते हैं जब तुम प्रूडेंट परसन के एंगल तो इस देखोगे तो वर्स्ट सिचुएशन है इतने किसान की इत्थे चले जाओ तुसी पिछे तक सड़क के दोवें पासे देख लो इधर चिक किचड़ ही किचड़ है निराई ठीक है किचड़ च किस तरह गड्डियां लंघ रही गड्डियां सारिया किसानां दीआं है तुसी वेख सकदे हो ए ट्रैफिक जो इत्थे पहुंचे हुए किसान मोर्चे दे सपोर्टर पार्टिसिपेंट्स हासेदार जो इस मोर्चे दे विच आके हले भी हाजिरी लगा रहे हैं भावे इत्थे किचड़ चिक्कड़ इन्ना मीह पिया सड़क कोई सड़क लग भी नहीं रही फिर भी लोग इत्थे आए हुए है ये जज्बा है किसानों का ये जज्बा है इस मूवमेंट का इस मोर्चे का गल इस तरह जारी रहेगी तुसी साडे नाल जुड़े रहो मिलते हैं ब्रेक तो बाद ब्रेक तो बाद सारे का स्वागत तुसी वेख रहे हो प्रोग्राम अज का मुद्दा पहुंचा सिंगू बॉर्डर प्रोटेस्ट साइट दिल्ली दे विच ते गल हो रही है जोगिंदर सिंह जिंदू जी नाल जिन्होंने इत्थे एक एहो जी चीज़ की है भावें तुसी बाय प्रोफेशन एडवोकेट हो तुसी इन एक्ट्स की पूरी जानकारी रखते हो साडे व्यूअर्स नाल शेयर भी की है पहले समय दे विच बट हुण तुसी इस प्रोटेस्ट साइट दे विच एक एहो जा काम कर रहे हो जो एक ट्रेडिशनल सैटिंग दे विच सरकार की जिम्मेवारी बनती है अपने सिटीजनज़ नूं नागरिक नूं प्रोटेक्ट कर लेकिन जो इतने कंडीशन इन्ने औखे हो रहे भावें सर्दी जुकाम किचड़ मीह करके ठंड करके लोगों के कैंप्स के अग्गा लग रही हैं शॉर्ट सर्किट हो रहे ना कोई फायर ब्रिगेड ना कोई एंबूलेंस दिसन मिल रही है सरकारी तौर पर उत्थे इस तरह की संस्था स्टेप अप करके वो काम प्रोवाइड करिए सर सानू दसो कि तुहाडी एंबूलेंस तुहाडा रोल इस संस्था का रोल इस वेले मोर्चे में की हैगा अश्मिता जी गल है भी कुछ ना जिहड़ियां सरकारां है ना उन्हां दी जिम्मेवारियां होंदियां अपने नागरिकां प्रति ना इत्थे जिथे असीं खड़े हाँ इत्थे हरियाणे की सरकार जी आ कुंडली पिंड है जिन्हों कुंडली बार्डर भी कहिंदे आ आ आ पिंड कुंडली है मेरे साथ जिथे आपां खड़े उस सामने जी ये हरियाणे का एरिया जी इस तो अगे जो थोड़ा जिहा अगे जाने तो दिल्ली शुरू हो जाता जी सरकारां दी रिस्पोंसिबिलिटी हुंदी है कि जे उहदे सिटीजन किते आए है इकट्ठे होया किसी भी रूप च होया बेसिक जिहड़ी है उन्हां दी सब तो उन्हां दी ड्यूटी है कि उन्हां दी जान माल की सुरक्षा करे उन्हां दी ड्यूटी है ड्रिंकिंग वाटर प्रोवाइड करे उन्हां दी ड्यूटी है सैनिटेशन उन्हां नूं प्रोवाइड करे फूड करे ना करे वखरा सवाल है जो कोई इकट्ठे हुंदा फूड अपना करदा उन्हां दी ड्यूटी है कि जिहड़ियां उन्हां नूं नॉर्मल हालतों के अंदर तुरन लई सुविधावां चाहीदियां ने उह दवे इत्थे सरकार गायब है जे तुसीं थोड़ा तुरोंगे केजरीवाल ने कुछ टॉयलेट्स वगैरह लाए हैं
ਹਲੇ ਮੋਟੇ ਪਰ ਬਹੁਤੇ ਇੰਤਜ਼ਾਮ ਇਸ ਤਰ੍ਹਾਂ ਦੇ ਨਹੀਂ ਹੈ ਜਿਹੜੇ ਹੈ ਹਰਿਆਣੇ ਦੀ ਸਰਕਾਰ ਤਾਂ ਐਬਸੈਂਟ ਹੈ ਟੋਟਲ 'ਚੋਂ ਉਹ ਭੁੱਲ ਗਈ ਹੈ ਕਿ ਮੇਰੇ ਨਾਗਰਿਕਾਂ ਪ੍ਰਤੀ ਮੇਰੀ ਕੋਈ ਰਿਸਪੋਂਸੀਬਿਲਟੀ ਹੈ ਇਹ ਇਨਹਿਊਮਨ ਵੀ ਹੈ ਜੇ ਤੁਸੀਂ ਮਨੁੱਖ ਦੇ ਐਂਗਲ ਤੋਂ ਦੇਖੋਗੇ ਇਨਸਾਨ ਦੇ ਐਂਗਲ ਤੋਂ ਦੇਖੋਗੇ ਇਹ ਗੈਰ ਇਨਸਾਨੀ ਹੈ ਵੀ ਤੁਸੀਂ ਅਣਮਨੁੱਖੀ ਹੈ ਤੁਸੀਂ ਉੱਧਰ ਨੂੰ ਦੇਖੋਗੇ ਜਿਹੜੇ ਹੈ ਗਊਆਂ ਫਿਰਦੀਆਂ ਸੰਡੇ ਫਿਰ ਸਾਂਡ ਫਿਰਦੇ ਆ ਇਹ ਕਿਸੇ ਲਈ ਦੀ ਵੀ ਜਾਣ ਦਾ ਕਾਰਨ ਬਣ ਸਕਦਾ ਕਿਸੇ ਵੇਲੇ ਵੀ ਸਰ ਜੋ ਇਸ ਵੇਲੇ ਸ਼ਹੀਦ ਹੋਏ ਹਨ ਅੱਜ ਦੀ ਡੇਟ ਵਿੱਚ 62 ਇੱਥੇ ਚੱਲਣਾ ਪਰ 60 ਤੋਂ ਪਲੱਸ ਸ਼ਹੀਦ ਹੋਏ ਹਨ ਉਹਨਾਂ ਦੀ ਜ਼ਿੰਮੇਵਾਰੀ ਕਿਹਦੇ ਸਿਰ ਤੇ ਆਉਂਦੀ ਹੈ ਤੁਹਾਡੇ ਖਿਆਲ 'ਚ ਉਹਨਾਂ ਦੀ ਜ਼ਿੰਮੇਵਾਰੀ ਬੇਸਿਕ ਜ਼ਿੰਮੇਵਾਰੀ ਉਹਦੀ ਹੈ ਜਿਹੜਾ ਰਿਸਪੋਂਸੀਬਲ ਹੈ ਲੋਕ ਐਜੀਟੇਟ ਕਰਨ ਆਉਂਦੇ ਆ ਹਾਂਜੀ ਉਹਨਾਂ ਲੋਕਾਂ ਨੇ ਠੀਕ ਹੈ ਐਜੀਟੇਟ ਜਦੋਂ ਉਹ ਆਏ ਹੈ ਤਾਂ ਜਦੋਂ ਉਹਨਾਂ ਲਈ ਸਿਚੁਏਸ਼ਨ ਤੁਸੀਂ ਇੰਨੀਆਂ ਐਡਵਰਸ ਕ੍ਰੀਏਟ ਕਰ ਦੋਗੇ ਕੋਈ ਮਾਨਸਿਕ ਪੀੜਾ ਦਾ ਸ਼ਿਕਾਰ ਹੋ ਜਾਊਗਾ ਜੀ ਪ੍ਰੈਸ਼ਰ ਲੈ ਜਾਊਗਾ ਕੋਈ ਬਿਮਾਰ ਹੈ ਏਲਿੰਗ ਹੈ ਉਹ ਹੋ ਜਾਊਗਾ ਕਿਸੇ ਨੂੰ ਜਾਂਦੇ ਜਾਂਦੇ ਹਾਰਟ ਅਟੈਕ ਹੋ ਜਾਊਗਾ ਕੋਈ ਠੰਡ ਦੇ ਅੰਦਰ ਇੰਨੀ ਐਡਵਰਸ ਜਿਹੜੀ ਠੰਡ ਹੈ ਉਹਦੇ ਅੰਦਰ ਮਰ ਜਾਊਗਾ ਪਰ ਬੇਸਿਕ ਹੀ ਹੈ ਬੇਸਿਕ ਇਹ ਹੈ ਵੀ ਉਹ ਗਵਰਨਮੈਂਟ ਜਿਹੜੀ ਇਨਹਿਊਮਨ ਹੋ ਗਈ ਹੈ ਇਹ ਸਾਰੇ ਸਿਚੁਏਸ਼ਨ ਦੇ ਅੰਦਰ ਜਿਹੜੀ ਉਹਨਾਂ ਨੂੰ ਐਡਰੈਸ ਨਹੀਂ ਕਰ ਰਹੀ ਉਹਨਾਂ ਦੀ ਗਰਵੈਂਸਿਸ ਨੂੰ ਜਿਹੜੀ ਉਹ ਲੈ ਕੇ ਆਏ ਹੈ ਗਰਵੈਂਸਿਸ ਉਹਨੂੰ ਐਡਰੈਸ ਨਹੀਂ ਹੋ ਰਹੀ ਹੈ ਹਿਊਮਨ ਹਿਸਟਰੀ ਦੇ ਅੰਦਰ ਇਹ ਮਤਲਬ ਇੱਕ ਛੋਟਾ ਮੋਟਾ ਅੰਦੋਲਨ ਨਹੀਂ ਹੈ ਬਹੁਤ ਵੱਡਾ ਅੰਦੋਲਨ ਹੈ ਬਹੁਤ ਵੱਡੇ ਅੰਦੋਲਨ 'ਤੇ ਗਵਰਨਮੈਂਟ ਜਿਹੜੀ ਇਨਸੈਂਸਿਟਿਵ ਹੈ ਗਵਰਨਮੈਂਟ ਦੀ ਇਨਸੈਂਸਿਟਿਵਨੈਸ ਉਹਨਾਂ ਦਾ ਇੱਕ ਹੰਕੜਬਾਜ਼ ਰਵੱਈਆ ਉਹਨਾਂ ਦਾ ਜਿਹੜਾ ਲੋਕਾਂ ਪ੍ਰਤੀ ਕਿਸੇ ਤਰ੍ਹਾਂ ਵੀ ਜਿਹੜਾ ਹੈ ਉਹਨਾਂ ਦੇ ਸਰੋਕਾਰ ਨਾ ਹੋਣਾ ਉਹਨਾਂ ਦੀਆਂ ਪ੍ਰੋਬਲਮ ਲਈ ਉਹ ਰਿਸਪੋਂਸੀਬਲ ਹੈ ਇੱਕ ਬੰਦੇ ਨੇ ਤਾਂ ਜਿਹਨੇ ਸੁਸਾਈਡ ਕੀਤਾ ਹੈ ਹੁਣ ਬਾਬਾ ਹੈ ਉਹ ਠੀਕ ਹੈ ਉਹ ਤਾਂ ਲਿਖਤੀ ਨੋਟ ਦੇ ਕੇ ਗਿਆ ਬਾਕੀ ਲੋਕ ਜਿਹੜੇ ਲਿਖਤੀ ਨਹੀਂ ਦੇ ਕੇ ਗਏ ਕਿਉਂਕਿ ਉਹ ਅਚਾਨਕ ਮਰੇ ਹੈ ਉਹਨੇ ਖੁਦਕੁਸ਼ੀ ਕੀਤੀ ਹੈ ਆਪਣੇ ਆਪ ਨੂੰ ਜਿਹੜਾ ਹੈ ਉਹ ਲਿਖਤੀ ਦੇ ਕੇ ਗਿਆ ਵੀ ਮੈਂ ਇਹ ਮਿਜ਼ਰੀ ਜਿਹੜੀ ਹੈ ਹਿਊਮਨ ਬੀਇੰਗ ਦੀ ਇਹ ਦੇਖ ਨਹੀਂ ਪਾ ਰਿਹਾ ਉਹਦੇ ਅੰਦਰ ਇਨਸਾਨ ਦਾ ਦਿਲ ਸੀ ਜਿਹਦੇ ਅੰਦਰ ਇਨਸਾਨ ਦਾ ਦਿਲ ਹੈ ਉਹ ਇਸ ਤਰ੍ਹਾਂ ਦੀ ਮਿਜ਼ਰੀ ਨੂੰ ਜਿਹੜਾ ਰਾਜ ਕਰਦਾ ਹੋਵੇ ਇਸ ਤਰ੍ਹਾਂ ਦੇ ਮਿਜ਼ਰੀ ਨੂੰ ਦੇਖ ਨਹੀਂ ਪਾਊਗਾ ਬੇਸਿਕ ਜਿਹਾ ਕੁਐਸਚਨ ਹੈ ਜੇ ਲੋਕ ਕਹਿ ਰਹੇ ਹੈ ਸਾਨੂੰ ਮਿਲਣੇ ਚਾਹੀਦੇ ਉਹ ਕਹਿੰਦੇ ਅਸੀਂ ਥੋੜ੍ਹੇ ਭਲੇ ਲਈ ਬੁਲਾਏ ਉਹ ਕਹਿੰਦੇ ਤੁਸੀਂ ਸਾਡਾ ਭਲਾ ਨਾ ਕਰੋ ਸਾਨੂੰ ਲੋੜ ਹੀ ਨਹੀਂ ਸਾਡਾ ਭਲਾ ਕਰਨ ਦੀ ਵੀ ਤੁਸੀਂ ਵਾਪਸ ਲੈ ਲਓ ਤਾਂ ਕਹੋ ਵੀ ਅਸੀਂ ਵਾਪਸ ਲੈਂਦੇ ਜੀ ਤੁਹਾਡੇ ਹੱਕ 'ਚ ਸਰ ਮੈਂ ਤੁਹਾਡੇ ਤੋਂ ਇੱਥੇ ਪੁੱਛਣਾ ਚਾਹੁੰਦੀ ਹਾਂ ਸਾਡੇ ਜੋ ਸਾਰੇ ਸਰੋਤੇ ਵਿਊਅਰਸ ਹਨ ਸਾਨੂੰ ਵੇਖ ਰਹੇ ਹੈ ਸਾਡੇ ਨਾਲ ਗੱਲ ਕਰਦੇ ਹੈ ਲਗਾਤਾਰ ਸਾਨੂੰ ਕੰਟੈਕਟ ਕਰਦੇ ਹੈ ਉਹ ਸਾਨੂੰ ਬਾਰ ਬਾਰ ਕਹਿ ਰਹੇ ਜੀ ਬੱਚੇ ਨੂੰ ਸਾਨੂੰ ਵੀ ਹੁਣ ਇਨ ਐਕਟਸ ਨੂੰ ਲੈ ਕੇ ਜਾਣਕਾਰੀ ਇੰਨੀ ਕੁ ਹੋ ਗਈ ਹੈ ਕਿ ਸਾਨੂੰ ਪਤਾ ਹੈ ਕਿ ਇਨ ਐਕਟਸ ਦੇ ਵਿੱਚ ਕਿਸ ਤਰ੍ਹਾਂ ਕਿਸਾਨਾਂ ਦੀ ਆਪਾਂ ਕਹਿ ਸਕਦੇ ਹਾਂ ਵਿਰੋਧੀ ਸਾਰੀ ਚੀਜ਼ਾਂ ਹਨ ਕਿਸਾਨੀ ਅਤੇ ਕਿਸਾਨੀਅਤ ਵਿਰੋਧੀ ਚੀਜ਼ਾਂ ਹਨ ਇਹ ਸਾਡੇ ਸਰੋਤਿਆਂ ਨੂੰ ਪਤਾ ਹੈ ਇਹ ਸਾਨੂੰ ਦੱਸ ਰਹੇ ਹੋ ਹੈ ਰਾਈਟ ਬਟ ਮੋਦੀ ਸਰਕਾਰ ਜਾਂ ਸੈਂਟਰਲ ਗਵਰਨਮੈਂਟ ਇੰਡੀਅਨ ਗਵਰਨਮੈਂਟ ਵੱਲੋਂ ਇਹ ਚੀਜ਼ ਰੈਕਗਨਾਈਜ਼ ਨਹੀਂ ਹੋ ਰਹੀ ਤੁਹਾਡੇ ਖਿਆਲ 'ਚ ਕਿ ਕੀ ਹੋ ਰਿਹਾ ਕੀ ਹੱਲ ਪਾਸੇ ਇਹ ਗੱਲ ਜਾ ਸਕਦੀ ਹੈ ਐਂਡ ਜਿੱਥੇ ਮੋਦੀ ਸਰਕਾਰ ਦੀ ਗੱਲ ਆਉਂਦੀ ਹੈ ਇਸ ਚੀਜ਼ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਤੁਸੀਂ ਇਸ ਚੀਜ਼ ਦੇ ਵਿੱਚ ਐਕਟਿਵਲੀ ਇਨਵੋਲਵਡ ਹੋ ਖਾਸ ਕਰਕੇ ਕਾਨੂੰਨੀ ਤੌਰ 'ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਇਸ ਚੀਜ਼ ਦਾ ਹੱਲ ਹੋ ਸਕਦਾ ਹੈ ਕਿਸ ਤਰ੍ਹਾਂ ਮੋਦੀ ਸਰਕਾਰ ਨੂੰ ਇਸ ਚੀਜ਼ ਨੂੰ ਲੈਣਾ ਚਾਹੀਦਾ ਹੈ ਔਰ ਉਹ ਲੈਣਗੇ ਐਂਡ ਕਦੋਂ ਅਸ਼ਮਿਤਾ ਜੀ ਗੱਲ ਇਹ ਹੈ ਵੀ ਇੱਕ ਬੇਸਿਕ ਜਿਹਾ ਕੁਐਸਚਨ ਹੈ ਜਦੋਂ ਐਜੀਟੇਸ਼ਨ ਸ਼ੁਰੂ ਹੋਈ ਫਾਰਮ ਆਰਡੀਨੈਂਸਿਸ ਆਏ ਆਰਡੀਨੈਂਸ ਤੋਂ ਬਾਅਦ ਐਕਟ ਹੋਏ ਤਾਂ ਐਜੀਟੇਸ਼ਨ ਸ਼ੁਰੂ ਹੋ ਗਈ ਕਿਸਾਨੀ ਦੇ ਕਿਸਾਨੀ ਨੇ ਜਿਹੜੇ ਉਹ ਕਹਿੰਦੇ ਨਾ ਸਮਝ ਨਹੀਂ ਪਈ ਇਹਨਾਂ ਨੂੰ ਕੋਈ ਸਮਝੇ ਤੋਂ ਬਗੈਰ ਆਪਣੀ ਜਾਨ ਦੀ ਬਾਜ਼ੀ ਲਾਉਣ ਲਈ ਤਿਆਰ ਨਹੀਂ ਹੁੰਦਾ ਹੈ ਕਿਹਦੇ ਲਈ ਜਾ ਰਿਹਾ ਉਹ ਜਦੋਂ ਮਤਲਬ ਇਹ ਆਹ ਹਥੇਲੀ ਹੈ ਮੇਰੀ ਇਸ ਹਥੇਲੀ 'ਤੇ ਜਾਨ ਧਰ ਕੇ ਲੋਕ ਆਏ ਹੋਏ ਹੈ ਕਦੇ ਵੀ ਜੇ ਉਹਨੂੰ ਆਪਣਾ ਮਿਸ਼ਨ ਨਾ ਕਲੀਅਰ ਹੋਵੇ ਉਹ ਇਸ ਤਰ੍ਹਾਂ ਦੀ ਉਹਦੀ ਮਾਨਸਿਕ ਪ੍ਰੈਪਰੇਸ਼ਨ ਹੋ ਨਹੀਂ ਸਕਦੀ ਹੈ ਲੋਕਾਂ ਨੇ ਐਕਟ ਸਮਝੇ ਤਾਂ ਹੀ ਉਹ ਇੱਥੇ ਆਏ ਹੈ ਜੇ ਉਹਨਾਂ ਨੂੰ ਪਤਾ ਹੀ ਨਾ ਹੋਵੇ ਵੀ ਕਾਨੂੰਨ ਕੀ ਅਸੀਂ ਕਾਹਦੇ ਲਈ ਲੜ ਰਹੇ ਹਾਂ ਇਹਨਾਂ ਡਿਟਰਮੀਨੇਸ਼ਨ ਕਿੱਥੋਂ ਹੋ ਜੂਗਾ ਉਲਟਾ ਉਹਨਾਂ ਦੇ ਮੰਤਰੀਆਂ ਨੇ ਨਹੀਂ ਸਮਝੇ ਉਹਨਾਂ ਦੇ ਪਾਰਲੀਮੈਂਟ ਮੈਂਬਰਾਂ ਨੇ ਨਹੀਂ ਸਮਝੇ ਉਹਨਾਂ ਦੇ ਜਿਹੜੇ ਬਿਊਰੋਕਰੈਟਸ ਹੈ ਉਹਨਾਂ ਦੇ ਜਿਹੜੇ ਐਕਸਪਰਟਸ ਹੈ ਉਹਨਾਂ ਨੇ ਬਣਾ ਕੇ ਦਿੱਤੇ ਉਹਨਾਂ ਨੇ ਠੱਪੇ ਲਾਏ ਉਹਨਾਂ ਨੇ ਨਹੀਂ ਸਮਝੇ ਹੈ ਦੂਜਾ ਕੁਐਸਚਨ ਇਹ ਸ਼ੁਰੂ ਤੋਂ ਇੱਕ ਸਵਾਲ ਜਿਹੜਾ ਮੈਂ ਵੀ ਫੇਸ ਕਰ ਰਿਹਾ ਲਗਾਤਾਰ ਫਰੋਮ ਦਾ ਵੈਰੀ ਬਿਗਨਿੰਗ ਬਟ ਚੰਗਿਆਂ ਨੇ ਵੀ ਕਿਹਾ ਜਿਹੜੇ ਬੜੇ ਇੰਟੈਲੀਜੈਂਟ ਲੋਕ ਆ ਉਹਨਾਂ ਨੇ ਵੀ ਕਿਹਾ ਕਿ ਮੋਦੀ ਸਾਹਿਬ ਕਦੇ ਮੁੜੇ ਨਹੀਂ ਜਿਹੜਾ ਫੈਸਲਾ ਲੈ ਲਿਆ ਮੈਂ ਉਹਨਾਂ ਨੂੰ ਕਹਿੰਦਾ ਸ਼ੁਰੂ ਤੋਂ ਕਰਾਂ ਫਰੋਮ ਦੀ ਵੈਰੀ ਬਿਗਨਿੰਗ ਕਰਾਂ ਕਿ ਮੋਦੀ ਸਾਹਿਬ ਨੂੰ ਕਦੇ ਕੋਈ ਟੱਕਰਿਆ ਹੀ ਨਹੀਂ ਉਹਨਾਂ ਨੂੰ ਉਹ ਕੁਝ ਫੇਸ ਕਰਨਾ ਹੀ ਨਹੀਂ ਪਿਆ ਜਿਹੜਾ ਕੁਝ ਫੇਸ ਕਰ ਰਿਹਾ ਸਾਰਾ ਕੁਝ ਹੀ ਸਮੂਥ ਚੱਲਦਾ ਰਿਹਾ ਜਿੰਨੇ ਵੀ ਉਹ ਲੈ ਕੇ ਆਏ ਆ ਉਹਨਾਂ ਨੇ ਨਿੱਜੀਕਰਨ ਇੱਕ ਇੱਕ ਕਰਕੇ ਅਦਾਰੇ ਜਿਹੜੇ ਤੁਸੀਂ 70 ਸਾਲ 'ਚ ਬਿਲਡ ਕੀਤੇ ਸੀ ਉਹ ਸਾਰੇ ਇੱਕ ਇੱਕ ਕਰਕੇ ਉਡਾਤੇ ਟੋਟਲ ਮਤਲਬ ਪ੍ਰਾਈਵੇਟ ਕਰਕੇ ਉਹਨਾਂ ਨੂੰ ਦਿੱਤੇ ਦੇ ਵੀ ਉਹ ਦੋ ਘਰਾਣਾ ਰਿਹਾ ਬਹੁਤਾ ਅਦਾਨੀ ਅਤੇ ਅੰਬਾਨੀ ਨੂੰ ਐਂ ਲੱਗਦਾ ਵੀ ਉਹ ਇਸ ਮੁਲਕ ਦੀ ਉਹ ਚੌਕੀਦਾਰੀ ਪਹਿਰੇਦਾਰੀ ਨਹੀਂ ਕਰ ਰਿਹਾ ਉਹਨਾਂ ਦੋ ਪਰਿਵਾਰਾਂ ਦੀ ਪਹਿਰੇਦਾਰੀ ਕਰ ਰਿਹਾ ਅਤੇ ਉਹਨਾਂ ਨੂੰ ਅਮੀਰ ਕਰ ਰਿਹਾ
इस सिस्टम के अंदर सारा सिस्टम, चाहे वह खेती का सिस्टम है, चाहे वह इंडस्ट्री का सिस्टम है, चाहे साडे डिफेंस का सिस्टम है, चाहे साडा होर कोई इंडस्ट्री का सिस्टम है, वह सारा उन्होंने हवाले कर रहा, एक एक करके दो परिवारों के हवाले कर रहा। सरमाएदारों से कि कंट्राडिक्शन होनी है, डेफिनेटली कुदरती तौर पर उन्होंने अपन कंट्राडिक्शन है, पर पावरफुल इन्ने करते उन्होंने कि बाकियों की आवाज़ छोटी रह गई। हूँ उसने, मैं उस तो ही कह रहा कि उसने रोंग नंबर मिला लिया, डायल रोंग नंबर कर लिया, क्योंकि वो डायल करता चला गया। पहला उन्होंने रेलवे की प्राइवेटाइजेशन का डायल किया, एयरपोर्ट की प्राइवेटाइजेशन का डायल किया, 300 आर्टिकल 370 का डायल किया, कुछ उस तरह की रजिस्टेंस उन्होंने नहीं मिली है। जिहड़ा नंबर उन्हें हुण डायल कर लिया वो ऐसा नंबर है भी वह मतलब उसनू पुट्ठा पै रहा। किसान उठ के आ गए, किसान मतलब जिवें हुंदा है ना एक तूफान आना हुंदा। मैं पहला थोनू कहा सी कि मेरी जिंदगी दी 67 साल तो मैं 68 नू पहुंचण वाला छे महीने तक जी। मेरी जिंदगी दी ये मतलब मैं इस तरह भी नहीं है कि मैं एजिटेशन वाला मेरा सरोकार ना रहा हो, कि मैं एक साधारण मनुख हाँ भी मैं समाज नाल जुड़िया होया ही नहीं हाँ। मैं मेरा समाज नाल नेड़े दा रिश्ता रहा जी, जी। मैं एजिटेशन च नेड़े दा रिश्ता रहा, मैं अपनी लाइफ च इस तरह की एजिटेशन नहीं देखी। इन्नी डिटरमिनेशन लोगों की तुम देख रहे हो, इतने देखो जी मतलब सारे एडवर्स तो बाद, सारे एडवर्स तो बाद किस तरह लोगों के हौसले बुलंद है जी, किस तरह लोगों के चेहरे जड़े है एन मतलब जिम्मे होंगे ना उन्होंने जलाओ है जी, बिल्कुल। किस तरह उन्होंने दृढ़ता है, किस तरह वो मतलब रेडी टू डाई, जड़ी जड़ी उन्होंने मानसिकता उन्होंने है ही नहीं सिकन भी जड़ा है मतलब साढ़े नाल कुछ इस तरह का वापर जूगा तो भी ये की होगा वो रेप्रीकेशन जो मौत सब तो खौफनाक होंगी है बंदे सब तो ज़्यादा बंदे मौत डराउंदी है तो उन्होंने मौत का डर नहीं है, मौत का डर वो कट के तुरे है कि जैसे साढ़े कुछ भी होगी वी आर रेडी टू डाई। जो तो फोर्स इस लैवल तक पहुँचे जी लड़न वाली फोर्स है जी। दुनिया की कोई भी ताकत उन्होंने हरा नहीं सकती। आज तुम बजुर्ग देखोगे किस उम्र के बजुर्ग है जोड़े बैठे है, किसी गल कर लो हर बंदा मतलब ये कहूगा, क्योंकि असं गल करते हैं इन्होंने, हर बंदा यह कहूगा भी असी तो उस वेले वापस मुड़ा जिस वे बिल वापस होदरवाइज असं घर का अपना सारा कह के आए हाँ जी। अपनी सारे उन्होंने सारे सारे बजुर्गों जो डिटरमीनेशन इस तरह की हो कोई ताकत नहीं दुनिया की जी मुड़ूगी नहीं है, उन्होंने मुड़ना पैना है। चंगी गल उन्होंने ये छेती मुड़ जाते, एक जरा फालस कोई प्रेस्टेज बना लगा जी कोई कमिटमेंट कर लगा कारपोरेट वर्ल्ड ना वो है जीडिया उन्होंने मुड़न तो रोक रही, अदरवाइज कोई कारण नहीं है। जो किसान कह रहा भी सू चाहिए ही नहीं, तुम वापस लै लो सू थोड़ा फायदा जरा सा फायदा कर रहे हो वो ना करो जी, वापस लै लो तो कुदरती तौर पर उन्होंने वापस लै लेना चाहिए। सर एक एक बिल्कुल सर एक डेमोक्रेसी होने के नाते इन्ने लोग इतने जमा हुए है, सरकार का की फर्ज बनता है इन्हों की सुनन का, तो लगता है कि इन्ने लोग जमा हो के जो कारपोरेट्स हैं उन्हों की ताकत के खिलाफ खड़ सकते हैं? अश्मिता जी गल है भी लोगों तो वड्डी कोई भी फोर्स नहीं है संसार, लोगों की ताकत तो वड्डी कोई भी ताकत अज तक नहीं है जिहड़ी लोगों की ताकत के मूहरे खड़ गई टैंपरेली उन्होंने सैटबैक ला सकती है, कोई किसी मूवमेंट नू मूवमेंटरी क्रश कर सकती है, किसी मूवमेंट का नुकसान कर सकती है। अल्टीमेटली जिहड़ी लोगों की ताकत है उसने सक्सीड होना ही होना, जिड्डी मर्जी निरकुंस होवे जिहड़ा राज करन वाला है वह टिक नहीं पाऊगा इन्हां लोगों के सामने, उन्हां दी जमीन हिल गई है, उन्हां दे पैर नहीं है थिड़ गए है, वह सिर्फ अपना फालस एक जिहड़ा प्रेस्टीज बनाई बैठे है जिहड़ा टोटली झूठा है, जिहड़ा वह चाहते हैं भी असी निकलीए ये चों, पर उन्होंने निकलन का उन्होंने भी राह नहीं लभ रहा, क्योंकि बिकॉज जदों वो ये बिल वापस लेंदे उन्होंने सामने एको क्वेश्चन है कि उन्होंने जिहड़ा अपना एक फालस इमेज बना लिया वो टुटता है, जदों वो टुटता उन्होंने पल्ले कुछ नहीं रहा है, उन्होंने पैरों थलों जमीन खिसक जाती है, जमीन तो जे जिन्ना यह लेट करे होर खिसकती जाऊगी होर खिसकती जाऊगी, जमीन रहनी नहीं है फिर वापस लै लेने हैं। पंजाबी एक बड़ी मतलब जी है ना जो आप आम आप गल करते हैं बड़ी कहावत मशहूर है कॉमन है वो, मैं कोई भी 100 गंढे भी खा लेने 100 जुत्तियां भी खा लेनी 100 रुपये जुर्माना भी भर देना, ये मोदी साहब कर रहे हैं, उन्हें अल्टीमेटली तिने चीज़ा करके बिल वापस लेने जी। इतने एक छोटी जी ब्रेक ले रुकते हैं, तुम कितने ना जाओ गल इस तरह जारी रहेगी। पहुंचे सिंगू बॉर्डर मोर्चे की गल हो रही है, तुम ऑन द ग्राउंड रियलिटी दिखा रहे हैं तो किस तरह इस मसले का कोई हल हो सकता है गल हो रही है, मिलते हैं ब्रेक तो उस बार। ब्रेक तो बाद एक बार फिर सारे का स्वागत, तुम देख रहे हो प्रोग्राम अज का मुद्दा। साड़ी जस पंजाबी की टीम पहुंची हुई है सिंगू बॉर्डर लगातार डे वन तो साड़ी न्यूज़ की टीम तुम्हें इतने की खबर पहुँचा रही है, अपडेट्स पहुँचा रही है, मैं खुद इतने पहुंची हाँ मुद्दा थोड़े लैके आई हाँ ऑन द ग्राउंड। गल हो रही है कुछ इतने जो आप कह रहे हैं
ਮੋਰਚੇ ਦੇ ਵਿੱਚ ਮੋਰਚੇ ਨੂੰ ਜਾਨ ਦੇਣ ਵਾਲੇ ਕਿਸਾਨ ਵੀਰ ਸਾਡੇ ਬੈਠੇ ਹੋਏ ਆ ਸਾਡੇ ਬਜ਼ੁਰਗ ਸਰ ਤੁਹਾਡਾ ਕੀ ਨਾਮ ਕਿਸ ਪਿੰਡ ਤੋਂ ਤੁਸੀਂ ਆਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਡਾ ਪਿੰਡ ਆ ਬੇਟਾ ਕੁੰਗਰਾਲੀ ਰਾਜਪੂਤ ਆ ਜੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਖੰਨਾ ਲੁਧਿਆਣੇ ਦੀਆਂ 6 ਤਹਿਸੀਲਾਂ ਖੰਨਾ ਤਹਿਸੀਲ ਤੋਂ ਅਸੀਂ ਆਏ ਆ 26 ਤਰੀਕ ਨੂੰ ਹੀ ਅਸੀਂ ਕੂਚ ਕਰਤਾ ਸੀ ਪਹਿਲਾਂ ਜਦੋਂ ਇਹਨਾਂ ਨੇ ਨਾ ਕੋਈ ਸਾਡੀ ਸੁਣੀ ਧਰਨੇ ਲਾ ਲਏ ਜਲਸੇ ਕਰ ਲਏ ਮੁਜ਼ਾਹਰੇ ਕਰ ਲਏ ਜਾਮ ਵੀ ਲਾ ਲਏ ਪੰਜਾਬ ਵੀ ਬੰਦ ਰੱਖਿਆ ਅਤੇ 26 ਤਰੀਕ ਨੂੰ ਇਹ ਫੈਸਲਾ ਕਰਕੇ ਦਿੱਲੀ ਨੂੰ ਕੂਚ ਕਰਤਾ ਸੀ ਵੀ ਹੁਣ ਇਹਨਾਂ ਨੇ ਮੰਨਣਾ ਨਹੀਂ ਬੈਠੇ ਆ ਉਦਣ ਦੇ ਸ਼ਾਂਤਮਈ ਢੰਗ ਨਾਲ ਜੀ 100 ਸਾਲ ਆਜ਼ਾਦੀ ਦਾ ਜੰਗ ਲੜਿਆ ਜਿੰਨਾ ਚਿਰ ਚੱਲੂ ਕੰਮ ਚਲਾਵਾਂਗੇ ਉਹਨਾਂ ਚਿਰ ਲੜਦੇ ਰਵਾਂਗੇ ਸਰ ਇੱਥੇ ਇੰਨਾ ਜ਼ਿਆਦਾ ਮੀਂਹ ਪਿਆ ਪਿਛਲੇ 2-3 ਦਿਨਾਂ ਦੇ ਵਿੱਚ ਹਾਲਾਤਾਂ ਜੋ ਗਰਾਊਂਡ ਦੇ ਵਿੱਚ ਆਲਰੇਡੀ ਇੰਨੀ ਔਖੀ ਸੀਗੀ ਹਰ ਇੱਕ ਬੰਦੇ ਲਈ ਇੱਥੇ ਹੋਰ ਵੀ ਹੁਣ ਡਿਫਿਕਲਟ ਹੋ ਚੁੱਕੀ ਹੈ ਤੁਸੀਂ ਕਿਸ ਤਰ੍ਹਾਂ ਇਸ ਚੀਜ਼ ਨੂੰ ਮੈਨੇਜ ਕਰ ਰਹੇ ਹੋ ਉਹ ਰਾਜੇ ਮੈਂ ਤੈਨੂੰ ਸਪਸ਼ਟ ਜੀ ਗੱਲ ਦੱਸ ਦੇਣਾ ਵੀ ਸੇਵਾ ਦੇਸ਼ ਦੀ ਜਿੰਦੜੀ ਹੈ ਬੜੀ ਔਖੀ ਗੱਲਾਂ ਕਰਨੀਆਂ ਬਹੁਤ ਸਖਾਲੀਆਂ ਨੇ ਸੇਵਾ ਦੇਸ਼ ਦੀ ਜਿੰਦੜੀ ਹੈ ਬੜੀ ਔਖੀ ਗੱਲਾਂ ਕਰਨੀਆਂ ਬਹੁਤ ਸਖਾਲੀਆਂ ਨੇ ਦੇਸ਼ ਸੇਵਾ ਦੇ ਵਿੱਚ ਜਿਨ੍ਹਾਂ ਨੇ ਪੈਰ ਰੱਖੇ ਲੱਖ ਮੁਸੀਬਤਾਂ ਉਹਨਾਂ ਨੇ ਘਾਲੀਆਂ ਨੇ ਦੇਸ਼ ਸੇਵਾ ਦੇ ਜਿਨ੍ਹਾਂ ਨੇ ਪੈਰ ਰੱਖੇ ਲੱਖ ਮੁਸੀਬਤਾਂ ਉਹਨਾਂ ਨੇ ਘਾਲੀਆਂ ਨੇ ਸਾਨੂੰ ਆਉਂਦੀਆਂ ਮਾਫੀਆਂ ਮੰਗਣੀਆਂ ਨਹੀਂ ਉਹ ਦੇਸ਼ ਸੇਵਾ ਦੇ ਪੀਰ ਹੋਏ ਅਸੀਂ ਇਹ ਕਾਨੂੰਨ ਵਾਪਸ ਜ਼ਰੂਰ ਕਰਨੇ ਟੁਕੜੇ ਟੁਕੜੇ ਭਾਵੇਂ ਸਰੀਰ ਹੋਏ ਅਸੀਂ ਹਿਲਣ ਵਾਲੇ ਨਹੀਂ ਪੁੱਤ ਬੜਾ ਵੱਡਾ ਸ਼ਾਨਾਮਤੀ ਇਤਿਹਾਸ ਆ ਪੰਜਾਬੀਆਂ ਨੇ ਬੜਾ ਜੰਗ ਲੜਿਆ 80% ਯੋਗਦਾਨ ਪਾਇਆ ਆਜ਼ਾਦੀ 'ਚ ਇਹੋ ਜਿਹੇ ਕਾਨੂੰਨ ਲੈ ਕੇ ਆਇਆ ਸੀ ਅੰਗਰੇਜ਼ 1919 ਦੇ ਵਿੱਚ ਜਲ੍ਹਿਆਂ ਵਾਲੇ ਬਾਗ 'ਚ ਬੜਾ ਉਹਨੇ ਕਾਂਡ ਕੀਤਾ ਅਤੇ ਜਦ ਵੀ ਹੱਸ ਕੇ ਉੱਥੇ ਬੀਬੀਆਂ ਪੈਣਾ ਬੱਚੇ ਬੇਤਹਾਸ਼ਾ ਮਾਰੇ ਸੀ ਅਤੇ ਉਹ ਕਿੱਥੇ ਨੇ ਅੰਗਰੇਜ਼ ਲੋਕ ਲਹਿਰਾਂ ਉੱਠਦੀਆਂ ਉੱਠ ਖੜੀਆਂ ਉੱਠੀਆਂ ਵਾਂਗ ਤੂਫਾਨ ਦੇ ਨੇ ਲੋਕ ਲੜੇ ਸੀ ਇੱਥੇ ਹੋ ਇਕੱਠੇ ਕੱਢਿਆ ਗੋਰਾ ਸਾਰੇ ਹੀ ਜਾਣਦੇ ਲੋਕਾਂ ਨੇ ਤਾਂ ਮੂਹਰੇ ਇਹ ਤਾਨਾਸ਼ਾਹੀ ਰਵੱਈਆ ਕਿੰਨਾ ਕੁ ਚਿਰ ਕਰ ਲੈਣਗੇ ਪਰ ਮੈਂ ਇੱਕ ਜ਼ਰੂਰ ਕਹੂੰਗਾ ਕਿ ਨਰਿੰਦਰ ਮੋਦੀ ਜੀ ਮਾਂ ਹੁੰਦੀ ਆ ਜਿਹੜੀ ਉਹ ਪਹਿਲਾਂ ਨੀਰ ਦਿੰਦੀ ਆ ਫਿਰ ਤਕਦੀਰ ਦਿੰਦੀ ਆ ਅਤੇ ਫਿਰ ਸੀਰ ਵੀ ਦਿੰਦੀ ਆ ਮੈਨੂੰ ਨਹੀਂ ਲੱਗਦਾ ਵੀ ਨਰਿੰਦਰ ਮੋਦੀ ਦੀ ਮਾਤਾ ਜੀ ਇਹ ਤੋਂ ਪੈਰੀਂ ਹੱਥ ਲਵਾਉਂਦੀ ਹੋ ਕਿਉਂ ਉਹ ਮਾਂ ਦੇਖਦੇ ਰਹੇ ਹਾਂ ਉਹਨੂੰ ਪਤਾ ਸਾਰੇ ਹਾਲਾਤਾਂ ਦਾ ਮਾਂ ਹਮੇਸ਼ਾ ਆਪਦੇ ਬੱਚੇ ਨੂੰ ਇਸ ਲਈ ਪਾਲਦੀ ਆ ਕਿ ਮੇਰਾ ਨਾਂ ਰੋਸ਼ਨ ਕਰੂਗਾ ਉਹ ਇਹਨੂੰ ਦੁਰਾ ਸੀਸਾ ਦਿੰਦੀ ਹੋਊਗੀ ਇਹਦੀ ਮਾਂ ਕਿਉਂ ਸਮੁੱਚਾ ਮੁਲਕ ਹੀ ਬਾਹਰਲੇ ਮੁਲਕ ਵੀ ਇਹਨੂੰ ਤਾਂ ਦੁਰਾ ਸੀਸਾ ਦੇ ਰਹੇ ਨੇ ਹੁਣ ਕਿ ਆ ਜੋ ਲਾਲੋ ਬੈਠੇ ਆ ਠੰਡ 'ਚ ਬੈਠੇ ਆ ਸਾਰਾ ਕੁਛ ਬੈਠੇ ਆ ਉਹ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਪਰਵਾਹ ਕੋਈ ਨਹੀਂ ਹੈ ਬੜੀ ਸ਼ਾਂਤਮਈ ਢੰਗ ਨਾਲ ਜੋ ਮਰਜ਼ੀ ਕਰ ਲੈਣ ਨੌਵੇਂ ਪਾਤਸ਼ਾਹ ਨੇ ਸੀਸ ਦਿੱਤਾ ਸੀ ਔਰੰਗਜ਼ੇਬ ਕਹਿੰਦਾ ਦਿਖਾਵ ਦੀ ਸ਼ਕਤੀ ਤਾਂ ਉਹਨਾਂ ਕਿਹਾ ਵੀ ਤੇਰਾ ਕੰਮ ਆ ਜ਼ੁਲਮ ਕਰਨਾ ਸਾਡਾ ਕੰਮ ਆ ਜ਼ੁਲਮ ਸਹਿਣਾ ਇਦੋਂ ਵੱਡੀ ਸ਼ਕਤੀ ਕੀ ਹੋ ਸਕਦੀ ਆ ਅਤੇ ਉਹਨਾਂ ਨੇ ਹਿੰਦ ਦੀ ਚਾਦਰ ਘਾਇਆ ਸਰਪੰਚ ਮਾਰਿਆ ਦਸਵੇਂ ਪਾਤਸ਼ਾਹ ਨੇ ਸਰਪੰਚ ਮਾਰਿਆ ਬਾਬੇ ਭੱਖ ਨੇ ਉਹਨਾਂ ਨੇ ਸਾਂਭੀ ਗੱਲ ਫਿਰ ਬਾਬਾ ਗੁਰਮੁਖ ਸਿੰਘ ਜੀ ਲੜਤੋਂ ਧਰਮ ਸਿੰਘ ਜੀ ਫੱਕਰ ਤੇਜਾ ਸਿੰਘ ਜੀ ਸੁਤੰਤਰ ਕਿੱਥੇ ਕਿੱਥੇ ਗਣਾਈ ਆਈ ਹੈ ਜਿਨ੍ਹਾਂ ਦਾ ਵਿਰਸਾ ਅਸੀਂ ਸਾਂਭੀ ਬੈਠੇ ਹਾਂ ਅਸੀਂ ਕੋਈ ਜਜ਼ਬਾਤ ਚਾ ਕੇ ਗੱਲ ਕਰਨ ਵਾਲੇ ਨਹੀਂ ਆ ਸਾਡੀਆਂ ਪੀੜ੍ਹੀਆਂ ਨਾਲ ਨੇ ਬੱਚੇ ਟਰਾਲੀ 'ਚ ਬੈਠੇ ਆ ਛੋਟੇ ਛੋਟੇ ਫੇਰ ਤਿਆਰ ਨੇ ਮਗਰ ਸੋ ਜਿੰਨਾ ਚਿਰ ਚੱਲੂ ਜੰਗ ਰਾਜੇ ਚਲਾਵਾਂਗੇ ਉਹਨਾਂ ਚਿਰ ਜਿੰਨਾ ਚਿਰ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਸਾਰੇ ਤੇ ਇਹਨਾਂ ਦਾ ਸੈਂਟਰ 'ਚ ਵਿਹੜਾ ਹੈ ਮੁਹੱਲੇ ਦਾ ਵਿਹੜਾ ਬਣ ਗਿਆ ਇੱਥੇ ਰਾਤ ਨੂੰ ਇਹ ਇਹਨਾਂ ਲੱਕੜਾਂ ਨਾਲ ਸੇਕ ਕੇ ਨਾਲੇ ਉਹ ਸੱਥ ਜਿਹੜੀ ਪਿੰਡਾਂ 'ਚ ਹੁੰਦੀ ਸੀ ਪਹਿਲਾਂ ਉਹਨੂੰ ਸੁਰਜੀਤ ਕਰਤਾ ਮੋਦੀ ਸਾਹਿਬ ਦਾ ਧੰਨਵਾਦ ਕਰਨਾ ਚਾਹੀਦਾ ਵੀ ਸਾਡਾ ਤਾਂ ਪੁਰਾਣਾ ਕਲਚਰ ਜਗਾਤਾ ਉਹਨਾਂ ਨੇ ਤੇ ਉਹ ਮਤਲਬ ਇੱਥੇ ਸਿੱਖਦੇ ਆ ਇੱਥੇ ਬੈਠ ਕੇ ਫਿਰ ਗੱਲਾਂ ਕਰਦੇ ਜਦੋਂ ਵਿਹੜੇ ਦੀ ਗੱਲ ਆਉਂਦੀ ਹੈ ਇੱਥੇ ਇੱਕ ਟੈਂਪਰੇਰੀ ਸ਼ੈਲਟਰ ਦੀ ਗੱਲ ਆਉਂਦੀ ਹੈ ਸਰ ਖਾਸ ਕਰਕੇ ਜੋ ਸਾਡੀ ਬਜ਼ੁਰਗ ਲੇਡੀਜ਼ ਹਨ ਬਜ਼ੁਰਗ ਜਨਾਨੀਆਂ ਹਨ ਮਾਵਾਂ ਧੀਆਂ ਹਨ ਉਹਨਾਂ ਲਈ ਇੱਕ ਆਪਾਂ ਕਹਿ ਸਕਦੇ ਹਾਂ ਕੁਛ ਵੱਖਰੇ ਤਰੀਕੇ ਨਾਲ ਉਹਨਾਂ ਨੂੰ ਕੁਛ ਸਹੂਲਤਾਂ ਦੇਣੀਆਂ ਚਾਹੀਦੀਆਂ ਇਸ ਪਾਸੇ ਆ ਜਾਓ ਸਰ ਅਗਰ ਆਪਾਂ ਗੱਲ ਕਰੀਏ ਕਿ ਕੀ ਸਰਬੱਤ ਦਾ ਭਲਾ ਔਰਗਨਾਈਜੇਸ਼ਨ ਜੋ ਤੁਸੀਂ ਖਾਸ ਕਰਕੇ ਇੰਤਜ਼ਾਮ ਕੀਤਾ ਹੈ ਉਹਦੇ ਵਿੱਚ ਵੀ ਕੁਛ ਇਹੋ ਜਿਹੀ ਸਹੂਲਤਾਂ ਪ੍ਰੋਵਾਈਡਡ ਹਨ ਬਟ ਗੱਲ ਇੱਥੇ ਉੱਥੋਂ ਜਾਣ ਤੋਂ ਪਹਿਲੇ ਇੱਕ ਵਾਰੀ ਫਿਰ ਇਸ ਕਿੱਚੜ ਦੀ ਆ ਜਾਂਦੀ ਹੈ ਇਹ ਕਿੱਚੜ ਜੋ ਹੁਣ ਇਸ ਮੋਰਚੇ ਦਾ ਇੱਕ ਬਹੁਤ ਵੱਡਾ ਹਿੱਸਾ ਬਣ ਗਿਆ ਹੈ ਜਦੋਂ ਵੀ ਇੱਥੇ ਮੀਂਹ ਪੈਣਾ ਹੈ ਇਸ ਕਿੱਚੜ 'ਤੇ ਸਾਡੀ ਨਜ਼ਰ ਜਾਣੀ ਜਾਣੀ ਹੈ ਇਹਦੇ ਬਾਰੇ ਤੁਸੀਂ ਕੁਛ ਹੋਰ ਕਹਿਣਾ ਚਾਹੁੰਦੇ ਹੋ ਸਰ ਅਸਮਿਤਾ ਜੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਸਾਨੂੰ ਇਹ ਕਿੱਚੜ ਅਸੀਂ ਜੰਮੇ ਪਲੇ ਕਿੱਚੜਾਂ 'ਚ ਰੂਰਲ ਬੈਕਗਰਾਊਂਡ ਹੋਣ ਕਰਕੇ ਕਿਸਾਨੀ ਦੀ ਖਾਸ ਤੌਰ 'ਤੇ ਸਾਨੂੰ ਇਹ ਕਿੱਚੜ ਇੰਨਾ ਬੁਰਾ ਨਹੀਂ ਲੱਗਦਾ ਅਸੀਂ ਇਸ ਕਿੱਚੜ 'ਚ ਰਹਿਣ ਲਈ ਤਿਆਰ ਹਾਂ ਜਿੰਨਾ ਬੁਰਾ ਸਰਕਾਰ ਦਾ ਐਟੀਚਿਊਡ ਲੱਗਦਾ ਉਹ ਸਾਨੂੰ ਉਹ ਟੁੰਬਦਾ ਸਾਨੂੰ ਕਿੱਚੜ ਨਹੀਂ ਟੁੰਬਦਾ ਕਿੱਚੜ 'ਚ ਇਸ ਐਡਵਰਸਿਟੀ ਨੂੰ ਦੀ ਸਾਨੂੰ ਕੋਈ ਬਹੁਤੀ ਤਕਲੀਫ ਨਹੀਂ ਹੈ
असं उसू झलन तैयार हाँ। ठीक है, सानू जो सरकार ने एटीट्यूड लिया भी जी जिम्मेवार जे औरत आई हो जिथे 20-30 हज़ार 40 हज़ार औरत आई हो एक ड्यूटी बनती है उन्होंने भी उन्होंने औरतों की मतलब जी है जी उन्हों सारी उन्होंने रहन सहन का इंतजाम उन्होंने टॉयलेट्स का उन्होंने बाथरूम का उन्होंने देखण का उन्होंने सिक्योरिटी का सारा इंतजाम किया जाए ये सारा क्योंकि सरकार माइनस है तो संस्थावां वो कर रही मतलब जिहड़ियां इस फील्ड के अंदर कर रही सेवा असी सरबंधा भला ट्रस्ट वालों आप खड़े हाँ जिथे पिछों आए हाँ साडा एक मतलब रहायश लई प्रबंध किया होया असी असी इहनू वाटरप्रूफ रहायश का प्रबंध कहने लई कीता सी पर जदों बहुत ज़्यादा बारिश पैंदी है मूसलेधार बारिश आई तो घर भी झोंदे ठीक है सानू इत्थे बड़ी बड़ी किस्म की प्रॉब्लम आई अंदर मतलब पानी भी आया अंदर कई थावां ते कई थावां ते साडे मैट भी भिजे कई थावां ते सानू होर कट्ठे करके पाना पिया लोकां नू उन्होंने हिसाब नाल पर समाज से इत्थे दस दिता कि समाज सेवी संस्थावां दा बहुत वड्डा रोल है सोसाइटी दे अंदर मतलब तुसी इक सिरे तो तुरोंगे आखिर तक जाओगे हर जगह थोनू समाज सेवी संस्थावां चाहे वह धार्मिक बाबे है चाहे वह इस तरह दियाँ जड़ियाँ चैरिटेबल ऑर्गेनाइजेशन हैं मतलब खालसा एड है सरबंधा भला चैरिटेबल ट्रस्ट है क्योंकि दो बहुत वड्डे हैं जो इंटरनेशनल पद्धर से काम कर रहे हैं दोवां च डिफरेंस सिर्फ इन्ना ही है कि खालसा एड वाले फंडरेजिंग है सरबंधा भला ट्रस्ट एक बंदे का फंड है सारा ही उन्होंने अपनी है ठीक है पर दोनों ये इंटरनेशनल लैवल से पद्धर कर रहे हैं असं इतने इतने मतलब औरतों का इंतजाम किया हुआ रहने का फिर असी पार्टीशन की बंद की भी प्रॉब्लम आ रही थी भी बंद इस तरह की सानू समस्या आ रही थी कई जी औरत आई उस टब्बर दियाँ उस टब्बर के बंदे भी आए भी असं नेड़े नेड़े रहना चाहते हैं असं उन्होंने कट्ठे तो पा नहीं सकते तो असं उन्होंने कहा कि उन्होंने पार्टीशन करके चलो कोई थोड़े लिए थां बना दें आप चल के देखते हैं कि किस तरह की सहूलत बनिया हुई है एक छोटी जी ब्रेक ले चुके हैं तुम कितने ना जाओ गल इस तरह जारी रहेगी ब्रेक तो उस पर ब्रेक तो बाद साहब का स्वागत है साड़ी टीम पहुंची है सिंगू बॉर्डर इतने तुम वेख सकते हो पिछले लगातार तीन दिन तो किन्नी वड्डी तरीके मीह पै रहा है किचड़ किचड़ होया होया जिन्हां दी तरपाला सीगियां वो तो फिर भी बच गए बट किन्नी ज़्यादा तरपाला के थ्रू मीह उन्होंने ट्रालीज़ दे विच जिथे वो रह रहे हैं सो रहे हैं जिथे उन्होंने अपना टैंपरेरी शैल्टर बनाया होया है सारा कुछ तुसी कह लो भिज गया बिल्कुल तरीके नाल फिर भी इत्थे लोगों का हौसला डटिया होया है इत्थे जो माहौल बनया वो इस तरह का बनया कि एक डिटरमिनेशन वेखन मिल रही है कि देखो जी भावें मीह आए भावें तूफान आप इत्थे बैठे हाँ जदों तक ये बिल्स रद्द नहीं होंगे ये सानू सुनन नू मिल रहा है इत्थे दे रहन वाले जो इत्थे अपना घर बना के बैठे हुए है वो सारे सानू कह रहे हैं कि जो मर्जी सानू इत्थे करना पाए जिन्नी मर्जी देर सानू वेट करनी पाए आप वेट करांगे लंगर की सेवा भी जारी है जिथे तुसी देख सकते हो साडे बुजुर्ग साडी बीबियां सत श्री अकाल जी सत्या जी आ जाओ जी जस पंजाबी दे सरोते तुहानू वर्ल्ड वाइड वेख रहे हैं उन्होंने आप दस रहे हैं कि किस तरह इन्ने दिनों तो मीह पै रहा है फिर भी लंगर की सेवा जारी है जो इतने मोर्चे आए हुए हैं साडे बुजुर्ग साडी बीबियां वो इतने हैं बीबी जी तुहानू किस तरह की होर डिफिकल्टीज आई हैं पिछले दो या तीन दिनों के इस मौसम करके इस मीह करके हम चार दिन हो गए जी अज उदन मीह पैंदा है इतने सेवा च लगे हुए हैं हाँ जी सानू ये माहौल वधिया लगता है बाकी अपनी मेहनत पा दे पले मालक मोदी हार जे आप जित जाइए बस धन्यवाद धन्यवाद हाँ जी तुसी देख सकते हो किस तरह लंगर की सेवा चल रही है तो लगता है कि अज कुछ सारी रात इतने सेवा चल रही है मैं कुछ इतने अपने बुजुर्गों नाल गल करना चाहवागी सत श्री अकाल जी सत श्री अकाल अंकल तुसी सानू दसो कि जो इतने हालात बन रहे हैं उन्होंने किस तरह का माहौल डिवेलप होया इतने तुहाडा जी नहीं करता कि तुसी वापस जाओ किसी गर्म अपने बिस्तर विच बह के कुछ टीवी टूवी वेखो तुसी इतने बैठे हो इन्नी सर्दी हैगी इन्ना मीह पे अच्छा जी माहौल लगता है बहुत मैं 15 मिनट अजे उतरे हैं मैं गड्डी चो अच्छा अजे 15 मिनट हो आए मैं हूँ इतने गेड़ा दे के घूम के तो महा मैं महा बंदा मिल गया मिलने वाला इन्ना वधिया माहौल है तो जी लगता है अजे मैंने 15 मिनट होने मैं आया इधरों इधरों खन्ने को कौलगढ़ इस मोर्चे दे विच सत श्री अकाल तुसी देख सकते हो लोकी हले भी आ रहे हैं इदां दी कोई गल नहीं है कि लो
लोग जो आए हुए उ इतने बैठे है, लोग जमा इतने आ रहे हैं, हर मिनट में कोई ना कोई नवा आ रहा है, अपने पिंडों आ रहे हैं, शहरों आ रहे हैं, सारे लोग इतने जमा हो रहे हैं, भावे मीह पे भावे तूफान आए, इतने गिनती लोगों की लग रही है, दिन ब दिन बद रही है। तो ये चीज़ जरूर सरकार को सोचनी चाहिए है कि अगर सरकार बनती है लोगों के सिर पर वोट बैंक के सिर पर, तो वोट बैंक तो इतने इकट्ठा होया हो, तो वोट बैंक तू कह रहा है, जो वोट बैंक कह रहा है वो तुम्हें सुना रहे हैं। आप वोट बैंक सरकार को कह रहा है कि जी आप इतने ही बैठे हाँ, जदों तक ये बिल्स नू तुसी रद्द नहीं करते आप इतने ही बैठे हैं। नौजवान कुछ यूथ भी साडे नाल जुड़े हैं, तुम कुछ कहना चाहोगे, तुम कुछ कहना चाहोगे? आप गल कर रहे हैं, साडे चैनल के स्रोते सानू वेख रहे हैं कि किस तरह इत्थे बजुर्ग ते नौजवान सारिआं दी एकता बनी हुई है, इस वेले सारे इत्थे डट के बैठे हुए, भावें मीह पै रहा भावें तूफान आए, तुसी की कहना चाहोगे? देखो जी, तीन चार दिनों तो मौसम बहुत खराब चल रहा है ना, तो पर फिर भी कोई बंदा मैं कहना यह नहीं होना जो कहता होगा भी असं मौसम करके जा रहे हैं जब वापस आना, सारे डटे हुए हैं जी, एका गा किसान मजदूर एकता जिंदाबाद जी, थैंक यू। इस तरह की डिटरमिनेशन मैं तुम्हें दसिया, लोग बिल्कुल किसी भी चीज़ को लैके डिसकरेज नहीं हो रहे, जिते इन्नी ज़्यादा डिफिकल्ट सिचुएशन बन चुकी है, फिर भी जज्बात बिल्कुल इतने रुक दे। एक छोटी जी ब्रेक ली, तुम कितना जाओ, मिलते हैं ब्रेक तो उस पर। ब्रेक तो बाद सारे का स्वागत, तुम वेख रहे हो प्रोग्राम अज का मुद्दा, जिथे इन दिल्ली के आले दुआले मोर्चा बसया होया है, पिछले तीन चार दिन तो इन्नी वड्डे लैवल से बारिश हो रही है, मीह पै रहा है। देखो जी, इन्ने वड्डे टेंट के विच जिथे इन्नी सहूलतां दित्तियां गई हैं इन संस्थावां वल्लों, फिर भी पानी चो रहा है। बट मैं तुहानूं ये दसना चाहती हाँ कि भावें पानी चोए भावें मीह पए, इत्थे दे जो मोर्चे दे विच आण वाले हिस्सेदार हन, जो किसान वीर, जो साडी मावां तीआं भैणां बच्चियां, वह हले भी इत्थे हैगे, वो इत्थे बैठे हुए है, वो देख रहे कि ठंड वध गई है, मीह वध गया है, इत्थे पानी उन्हां दे कंबलां दे विच वड़ गया है, बट उन्हां दा हौसला नहीं खत्म होया, वह हले भी इस मोर्चे दे विच बैठिया हन, अपने हक लई इंतजार कर रही हैं, तो ये देख रही हैं कि जिथे एक सरकार का फर्ज हुंदा है अपने सिटीजनज़ का ख्याल रखना, भावें वो सरकार इस वेले सिटीजनज़ का ख्याल तुसी कह लो, तुसी देख ही सकते हो की रख रही है, उत्थे संस्थावां ओ तुसी कह लो बोझ चुक के इन मावां तीआं का ख्याल रख रही हैं। बीबी जी, मैं तुहाडे नाल थोड़ी जी गल करना चाहवांगी। सत श्री अकाल, तुसी सब तो पहले सानू दसो तुसी कित्थों आए हो? असीं पटियाला तों आए हैं जी, पिंड दौणका, असीं हुणे 2 घंटे पहले पहुंचे हैं जी। ते तुसी तुहानूं इत्थे आ के लाइक सेफ महसूस हो रहा है, तुहानूं कोई तकलीफ किसी चीज़ की, तुसी इस मोर्चे दे विच हिस्सा लै रहे हो, क्यों? कोई तकलीफ नहीं हैगी जी सानू, संघर्ष दे विच असीं फील ही नहीं करदे, तकलीफ तकलीफ तां तुहानूं दिख रही है ना, पर असीं फील नहीं करदे क्योंकि असीं अपनी किसानी संघर्ष लई दो प्रबंध कीता होया, इच कोई सानू तकलीफ नहीं, आण के इत्थे सानू शांति मिल गई, असीं थके होए आए सी, बहुत सोहना चाह पानी मिलिया सानू, सब कुछ मिलिया सानू, गद्दे लाए हुए मिले आ सानू, कोई प्रॉब्लम नहीं आई, बहुत ठीक है जी असीं इत्थे, तुसीं खुशी महसूस, इसदा हिस्सा बन के ना सानू खुशी महसूस हो रही है, प्रबंध पर ए संस्था ने बड़ा वधिया किता होया, साना मन खुश हो गया इत्थे आके, असीं घरे भी फोन कर रहे हैं कि असीं ऐन वधिया बैठे, असीं वीडियो कॉल करके दिखा रहे हैं, सानू कोई इत्थे प्रॉब्लम नहीं आई हैगी, बस प्रॉब्लम एक है सानू मोदी दी, वो गलत है जी संघर्ष रखे नहीं, कानून पास करे काले कानून रद्द नहीं करे उन्ना चिर सा संघर्ष जारी रहूगा जी, असि पहला भी आके गए जी, हां जी उन्ना चिर असि इथे बैठे जी, हां जी दुआरे आए बेटे असं हूँ, पर हूँ जब साढ़े रद्द नहीं कानून होंगे उगो तो असं जाते नहीं, इतें बैठा हाँ, असं सारे मत के आए हैं, सानू कोई प्रॉब्लम नहीं, इतने असं ठीक ठाक हाँ, कोई किसी तरह का भी कोई वो नहीं आई गया, हाँ जी हाँ जी हाँ जी, असं भी दौण कला तो ही आए हैं सारे जने, असं दूजी बार आए हैं
ਤੇ ਸਾਨੂੰ ਅਸੀਂ ਪਹਿਲੀ ਵਾਰ ਜਦੋਂ ਆਏ ਸੀਗੇ ਵੀ ਅਸੀਂ ਦੇਖਿਆ ਵੀ ਸਾਡੇ ਕਿਸਾਨ ਦੇਖ ਲੈ ਇੰਨੀਆਂ ਠੰਡਾਂ ਦੇ ਵਿੱਚ ਕਿਵੇਂ ਉਹ ਕਰ ਰਹੇ ਹਾਂ ਤੇ ਅਸੀਂ ਜਾ ਕੇ ਵੀ ਜਾਣੀ ਜਿੰਨੇ ਵੀ ਸਾਡੇ ਉੱਥੇ ਵੀ ਸੀਗੇ ਕੋਈ ਟੋਲ ਪਲਾਜ਼ਾ ਸੀ ਕੋਈ ਅਸੀਂ ਉੱਥੇ ਵੀ ਇਸ ਤਰ੍ਹਾਂ ਦਾ ਹੀ ਸੰਘਰਸ਼ ਕੀਤਾ ਕਿ ਸਾਡੇ ਕਿਸਾਨ ਲਾਈਵ ਹੋ ਕੇ ਉੱਥੇ ਦੇਖਣ ਵੀ ਸਾਡੀਆਂ ਬੀਬੀਆਂ ਵੀ ਮੋਢੇ ਨਾਲ ਮੋਢਾ ਜੋੜ ਰਹੀਆਂ ਤੇ ਉੱਥੇ ਸਾਨੂੰ ਇਸ ਤਰ੍ਹਾਂ ਫੀਲ ਹੁੰਦਾ ਸੀ ਅਸੀਂ ਕਦੋਂ ਸਾਡੇ ਕਿਸਾਨਾਂ ਕੋਲ ਫੇਰ ਚਲੀਆਂ ਜਾਈਏ ਹੁਣ ਅਸੀਂ ਅੱਜ ਫੇਰ ਆ ਗਏ ਹੁਣ ਇੱਥੇ ਅਸੀਂ ਫੇਰ ਪੱਕੀ ਤਰ੍ਹਾਂ ਜਣੀ ਰਹਾਂਗੇ ਜਿੰਨੀ ਦੇਰ ਸਾਡਾ ਮੋਰਚਾ ਫਤਿਹ ਨਹੀਂ ਹੁੰਦਾ ਅਸੀਂ ਉਨੀ ਦੇਰ ਨਹੀਂ ਜਾਂਦੇ ਤੇ ਬਾਕੀ ਜਿਹੜੇ ਹੁਣ ਸਾਡੇ ਕਿਸਾਨਾਂ ਨੇ ਫੈਸਲਾ ਲਿਆ ਵੀ ਅਸੀਂ 26 ਤਰੀਕ ਨੂੰ ਆਪਣੇ ਬਲਡੋਜ਼ਰ ਲੈ ਜਾਣੇ ਮੰਨ ਕੇ ਸਾਡੇ ਟਰੈਕਟਰ ਬਲਡੋਜ਼ਰ ਹੀ ਆ ਉਹ ਸਾਡੇ ਵੀ ਉਹ ਅਸੀਂ ਆਪਣੇ ਮੋਦੀ ਦੀ ਕੰਧ ਟਪਾ ਦੇਣੇ ਆ ਅਸੀਂ ਆਪਣਾ ਪਾਰਲੀਮੈਂਟ ਦੇ ਵਿੱਚ ਅਸੀਂ ਦਾਖਲ ਹੋ ਜਾਣਾ ਤੇ ਆਪਣੇ ਅਸੀਂ ਹੱਕ ਲਵਾਂਗੇ ਤਿਰੰਗੇ ਝੰਡੇ ਲੈ ਕੇ ਜਾਵਾਂਗੇ ਅਸੀਂ ਆਪਣੇ ਟਰੈਕਟਰਾਂ ਤੇ ਅਸੀਂ ਆਪਣੇ ਪੂਰੇ ਜਿਹੜੀ ਕਹਿ ਲਓ ਹੱਕ ਲੈ ਜਾਵਾਂਗੇ ਹੁਣ ਅਸੀਂ ਇਸ ਤਰ੍ਹਾਂ ਨਾ ਅਸੀਂ ਇੱਕ ਜਿਵੇਂ ਕਹਿ ਲਓ ਐਨਰਜੀ ਮਿਲ ਜਾਂਦੀ ਆ ਜਿਵੇਂ ਆਪਣਾ ਆਪਾਂ ਭਰਾਵਾਂ ਦੇ ਬਰਾਬਰ ਖੜ ਗਈਆਂ ਉਹਨਾਂ ਨੂੰ ਐਨਰਜੀ ਫੀਲ ਹੁੰਦੀ ਆ ਜਦ ਅਸੀਂ ਇੱਥੇ ਆਉਂਦੇ ਹਾਂ ਵੀ ਸਾਡੀਆਂ ਭੈਣਾਂ ਬਰਾਬਰ ਖੜੀਆਂ ਹੁਣ ਅਸੀਂ ਕਿਹਾ ਵੀ ਅਸੀਂ ਮੂਹਰੇ ਚੱਲਾਂਗੇ ਤੁਸੀਂ ਪਿੱਛੇ ਲੱਗਿਓ ਸਾਡੇ ਵੀ ਅਸੀਂ ਉਸ ਤਰੀਕੇ ਨਾਲ ਜਿਵੇਂ ਪਾਰਲੀਮੈਂਟ ਦੇ ਅੰਦਰ ਅਸੀਂ ਦਾਖਲ ਹੋ ਜਾਣਾ ਅੱਜ ਵੀ ਅਸੀਂ ਟਰੈਕਟਰ ਮਾਰਚ ਕੀਤਾ ਜਦੋਂ ਅਸੀਂ ਪਿੰਡੋਂ ਤੁਰੇ ਹਾਂ ਫਿਰ ਅਸੀਂ ਆਪਣਾ ਦਿੱਲੀ ਤੱਕ ਦੇਖੋ ਪਹੁੰਚੇ ਅਸੀਂ ਬੀਬੀਆਂ ਨੂੰ ਇਕੱਠਾ ਕੀਤਾ ਤੇ ਇਹ ਬੀਬੀਆਂ ਨੇ ਵੀ ਸਾਡੇ ਨਾਲ ਇੱਕ ਦਿਨ ਆਈਆਂ ਦੋ ਦਿਨ ਜਿਹੜੀ ਇਹਨਾਂ ਦੇ ਵਿੱਚ ਵੀ ਉਵੇਂ ਖੂਨ ਖੋਲਣ ਲੱਗ ਗਿਆ ਵੀ ਕੀ ਗੱਲ ਸਾਡੇ ਹੱਕਾਂ ਅਸੀਂ ਲੈਣੇ ਆ ਜੇ ਅਸੀਂ ਅੱਜ ਨਹੀਂ ਅੱਗੇ ਹੁੰਦੇ ਫਿਰ ਅਸੀਂ ਕਦ ਹੋਵਾਂਗੇ ਵੀ ਜਿਹੜੀ ਇੱਕ ਗੱਲੋਂ ਮੈਂ ਇਹ ਮੋਦੀ ਦਾ ਇੱਕ ਮੈਂ ਥੈਂਕਸ ਵੀ ਕਰਨਾ ਚਾਹੁੰਦੀ ਹਾਂ ਵੀ ਜਿਹੜਾ ਅੰਦੋਲਨ ਆ ਇੰਨਾ ਵਿਸ਼ਵ ਪੱਧਰ 'ਤੇ ਹੋ ਗਿਆ ਵੀ ਸਾਰੀ ਜਨਤਾ ਇੱਕ ਹੋ ਗਈ ਸਾਡੀਆਂ ਅੱਖਾਂ ਖੁੱਲ੍ਹ ਗਈਆਂ ਹੁਣ ਵੀ ਹੋ ਸਕਦਾ ਵੀ ਇਹ ਚੰਗੇ ਲਈ ਉਹ ਹੋਇਆ ਸਾਨੂੰ ਹੁਣ ਅਸੀਂ ਆਪਣੇ ਜਿਹੜੇ ਹੱਕ ਸਾਨੂੰ ਮਿਲ ਜਾਣਗੇ ਅਸੀਂ ਬੜੇ ਖੁਸ਼ੀ ਖੁਸ਼ੀ ਆਪਣੇ ਘਰੇ ਜਾਵਾਂਗੇ ਤੇ ਕਿਸਾਨਾਂ ਨੂੰ ਵੀ ਕਿਸਾਨ ਕਹਿੰਦੇ ਵੀ ਜਿੱਦਣ ਸਾਡੀ ਜਿੱਤ ਹੋ ਗਈ ਅਸੀਂ 2-4 ਦਿਨ ਨੱਚ ਟੱਪ ਕੇ ਫੇਰ ਅਸੀਂ ਘਰਾਂ ਨੂੰ ਜਾਵਾਂਗੇ ਹਾਂ ਵੀ ਅਸੀਂ ਖੁਸ਼ੀ ਮਨਾਵਾਂਗੇ ਸਾਡਾ ਸਬਰ ਦਾ ਬੰਧ ਟੁੱਟ ਰਿਹਾ ਹੁਣ ਉਹਨੂੰ ਕਹਿ ਇੰਨਾ ਨਾ ਤੜਫਾ ਜੇ ਅਸੀਂ ਆਪਣੀ ਆਈ ਤੇ ਆ ਗਏ ਨਾ ਫਿਰ ਸਾਡਾ ਇਤਿਹਾਸ ਫੋਲ ਕੇ ਦੇਖੇ ਵੀ ਪਿੱਛੇ ਕੀ ਆ ਅਸੀਂ ਆਪਣਾ ਹੱਕ ਲੈ ਕੇ ਜਾਵਾਂਗੇ ਹੁਣ ਤਾਂ ਅਸੀਂ ਇੱਥੇ ਬੈਠ ਗਏ ਧਰਨਾ ਮਾਰ ਕੇ ਹਾਂ ਅਸਾਂ ਨੂੰ ਤਾਂ 2 ਮਹੀਨੇ ਹੋ ਗਏ ਉਦਣ ਦੇ ਧਰਨੇ ਪਰ ਬੈਠੇ ਅਸੀਂ ਤਾਂ ਹਾਂ ਹਰਦੇਵ ਕੌਰ ਦੌਣ ਕਲਾ ਤੇ ਪਟਿਆਲੇ ਅਸੀਂ ਪਹਿਲਾਂ ਵੀ ਲਾ ਗਏ ਹੁਣ ਫੇਰ ਆ ਜਾਂਦੇ ਫੇਰੀ ਹਾਂ ਸਾਨੂੰ ਕਿੰਨੀ ਦੇਰ ਰਹਿਣ ਦਾ ਪਲਾਨ ਹੈ ਇੱਥੇ ਜਿੱਤ ਕੇ ਜਾਵਾਂਗੇ ਮੋਰਚਾ ਉਨੇ ਦਿਨ ਜਿੰਨੇ ਦਿਨ ਚੱਲੇ ਅਸੀਂ ਹਾਂ ਅਸੀਂ ਮੀਂਹ ਦੀ ਪਰਵਾਹ ਨਹੀਂ ਕਰਦੇ ਅਸੀਂ ਕਾਸੇ ਦੀ ਵੀ ਪਰਵਾਹ ਨਹੀਂ ਕਰਦੇ ਅਸੀਂ ਖੇਤਾਂ 'ਚ ਵੀ ਕੰਮ ਕਰਦੇ ਆ ਬੱਚੇ ਸਾਡੇ ਉਮਰੇ ਨੇ ਸਾਰਾ ਕੁਛ ਕਰ ਰਹੇ ਅਸੀਂ ਤੁਸੀਂ ਇਹ ਸੁਣ ਲਿਆ ਹੁਣ ਇਹ ਬੀਬੀਆਂ ਕਿਸ ਤਰ੍ਹਾਂ ਹੌਸਲਾ ਵਧਾ ਰਹੀਆਂ ਇਸ ਸੰਘਰਸ਼ ਦਾ ਇਸ ਮੋਰਚੇ ਦਾ ਕਿ ਜਿੱਥੇ ਉਹਨਾਂ ਨੂੰ ਕੋਈ ਵੀ ਇਸ ਵੇਲੇ ਡਿਫਿਕਲਟੀ ਆ ਰਹੀ ਹੈ ਜੋਗਿੰਦਰ ਸਿੰਘ ਜਿੰਦੂ ਜੀ ਜਿਨ੍ਹਾਂ ਨੇ ਸਰਬੱਤਾ ਭਲਾ ਸੰਸਥਾ ਦੇ ਨਾਲ ਇਹ ਟੈਂਟ ਤੁਸੀਂ ਖੜਾ ਕੀਤਾ ਸਰ ਮੈਨੂੰ ਯਾਦ ਹੈ ਜਿਸ ਦਿਨ ਇਹ ਟੈਂਟ ਬਣ ਰਿਹਾ ਸੀ ਇਹਦਾ ਢਾਂਚਾ ਆਪਾਂ ਵੇਖਿਆ ਸੀ ਹੁਣ ਇਹਦੇ 'ਤੇ ਪੂਰੀ ਤਰਪਾਲ ਆ ਗਈ ਹੈ ਫਿਰ ਵੀ ਥੋੜ੍ਹੀ ਬਹੁਤੀ ਟੈਂਸ਼ਨ ਆ ਰਹੀ ਹੈ ਬਟ ਇਸ ਚੀਜ਼ ਨੂੰ ਵੀ ਤੁਸੀਂ ਫਿਕਸ ਕਰ ਰਹੇ ਹੋ ਸਰ ਮੈਂ ਸਿਰਫ ਇੱਥੇ ਇਹ ਚੀਜ਼ ਪੁੱਛਣਾ ਚਾਹੁੰਦੀ ਹਾਂ ਸਾਡੀ ਗੱਲ ਬਾਰ ਬਾਰ ਹੋ ਰਹੀ ਹੈ ਤੁਸੀਂ ਕਾਨੂੰਨੀ ਤੌਰ ਤੇ ਸਮਾਜ ਦੇ ਨਾਲ ਕਿੰਨੇ ਲੰਬੇ ਸਮੇਂ ਤੋਂ ਜੁੜੇ ਹੋਏ ਹੋ ਤੁਸੀਂ ਕਦੀ ਦੇਖਿਆ ਹੈ ਕਿ ਇੱਕ ਡੈਮੋਕਰੇਸੀ ਦੇ ਵਿੱਚ ਇੰਡੀਆ ਦੁਨੀਆ ਦੀ ਸਭ ਤੋਂ ਵੱਡੀ ਡੈਮੋਕਰੇਸੀ ਤੁਸੀਂ ਕਦੀ ਦੇਖਿਆ ਇੱਕ ਡੈਮੋਕਰੇਸੀ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਸਿਟੀਜ਼ਨਸ ਇਸ ਕੰਡੀਸ਼ਨਸ ਦੇ ਵਿੱਚ ਸੜਕਾਂ ਤੇ ਰਹਿ ਰਹੇ ਹੋਣ ਤੇ ਗਵਰਨਮੈਂਟ ਦਾ ਕੋਈ ਰਿਐਕਸ਼ਨ ਉਹਦੇ ਤੇ ਉਹ ਚ ਹੈ ਅਸ਼ਮਿਤਾ ਜੀ ਵੀ ਮੈਂ ਮੇਰੇ ਖਿਆਲ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਮੇਰੀ ਜ਼ਿੰਦਗੀ ਦਾ ਇਹ ਸਭ ਤੋਂ ਵੱਡਾ ਅੰਦੋਲਨ ਆ ਜਿਹੜਾ ਮੈਂ ਦੇਖਿਆ ਕਿਉਂਕਿ ਹਿਊਮਨ ਹਿਸਟਰੀ ਦਾ ਵੀ ਕਹਿੰਦੇ ਹੈ ਵੀ ਹਿਊਮਨ ਹਿਸਟਰੀ ਦਾ ਵੀ ਸਭ ਤੋਂ ਵੱਡਾ ਮੈਂ ਮੰਨ ਸਕਦਾ ਵੀ ਸ਼ਾਇਦ ਇਸ ਤੋਂ ਵੱਧ ਲੋਕ ਇਕੱਠੇ ਹੋਏ ਹੁਣ ਹਿਊਮਨ ਹਿਸਟਰੀ 'ਚ ਕਿਤੇ ਕਿਸੇ ਡਿਮਾਂਡ ਲਈ ਪਰ ਇਸ ਤਰ੍ਹਾਂ ਦੀ ਉਦੋਂ ਮਸ਼ੀਨਰੀ ਨਹੀਂ ਸੀ ਜਿਵੇਂ ਉਹਨਾਂ ਨੇ ਮਤਲਬ ਟਰੈਕਟਰਾਂ 'ਚ ਘਰ ਬਣਾਏ ਜਿਵੇਂ ਟਰੈਕਟਰਾਂ 'ਚ ਚੁੱਲ੍ਹੇ ਲਾਏ ਟਰੈਕਟਰਾਂ 'ਚ ਇਹ ਲਾਏ ਮੋਬਾਈਲ ਦੇ ਚਾਰਜਰ ਲਾਏ ਆਪਣਾ ਰਹਿਣ ਦਾ ਸਿੱਖ ਲਿਆ ਉਹਨਾਂ ਨੇ ਕਿ ਜਿਵੇਂ ਮਤਲਬ ਮਹੀਨਿਆਂ ਬੰਦੀ ਉਹ ਪਹਿਲਾ ਹੈ ਹਿਊਮਨ ਹਿਸਟਰੀ ਦਾ ਹੀ ਪਹਿਲਾ ਜੀ ਠੀਕ ਹੈ ਉਹ ਜਦੋਂ ਰਹਿ ਰਹੇ ਹੈ ਇਸ ਤਰ੍ਹਾਂ ਦੀ ਕੰਡੀਸ਼ਨ 'ਚ ਤਾਂ ਤੁਸੀਂ ਦੇਖੋ ਇੱਥੇ ਇੱਧਰ ਨਿਗਾਹ ਮਾਰੋ ਸਾਰੇ ਮਤਲਬ ਔਰਤਾਂ ਹੀ ਔਰਤਾਂ ਇਹਨਾਂ ਇਹਦੇ 'ਚ ਇਹ ਇੱਕ ਪਾਰਟ ਹੈ ਬਹੁਤ ਛੋਟਾ ਸੈਗਮੈਂਟ ਹੈ ਜਿਹੜਾ ਔਰਤਾਂ 'ਚ ਸ਼ਾਮਲ ਹੋਈਆਂ ਜਦੋਂ ਤੁਸੀਂ ਜਾਓਗੇ ਟਰਾਲੀਆਂ 'ਚ ਵੀ ਔਰਤਾਂ ਹੈਗੀਆਂ ਜਦੋਂ ਤੁਸੀਂ ਗਏ ਹੋ ਟਿੱਕਰੀ ਬਾਰਡਰ 'ਤੇ ਉੱਥੇ ਮਤਲਬ ਜੇ ਇੱਕ ਟਰਾਲੀ ਉਹਨਾਂ ਨੇ ਬੰਦਿਆਂ ਦੀ ਹੈ ਦੂਜੀ ਟਰਾਲੀ 'ਚ ਔਰਤਾਂ ਪਈਆਂ ਨੇ ਉਸੇ ਤਰ੍ਹਾਂ ਪਈਆਂ ਨੇ ਜਿਵੇਂ ਬੰਦੇ ਪਈਆਂ ਨੇ ਇਹਨਾਂ ਮਾਤਾਵਾਂ ਨਾਲ ਗੱਲ ਕੀਤੀ ਹੈ ਵੀ ਇਹਨਾਂ ਦੇ ਹੌਸਲੇ ਕਿਵੇਂ ਬੁਲੰਦਾ ਕੋਈ ਇਹਨਾਂ ਦੇ ਚਿਹਰੇ 'ਤੇ ਸ਼ਿਕਨ ਹੈ ਇਹ ਮਤਲਬ ਉਹਨਾਂ ਦੀ ਦ੍ਰਿੜਤਾ ਬੜੀ ਕਮਾਲ ਦੀ ਹੈ ਜਿਹੜੀ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਸਾਨੂੰ ਇਹ ਲੱਗਦਾ ਵੀ ਸਾਡੀਆਂ ਮਾਵਾਂ ਤਾਂ ਚਲੀਆਂ ਗਈਆਂ ਨਹੀਂ ਹੈਗੀਆਂ ਪਰ ਸਾਡੀਆਂ ਮਾਵਾਂ ਜਿੰਦੀਆਂ ਠੀਕ ਹੈ
ਅਸੀਂ ਅਸਮਿਤਾ ਜੀ ਇੱਥੇ ਕੀਤਾ 300 ਲੇਡੀ ਦਾ ਇੰਤਜ਼ਾਮ ਜਿਹੜਾ ਸਾਡਾ ਜਿਹੜੀ ਕੰਫਰਟੇਬਲ ਰਹਿ ਸਕੇ ਪਰ ਜੇ ਅਸੀਂ ਇਹਨਾਂ ਨੂੰ ਇੱਕ ਇਹਨਾਂ ਦੀ ਐਡਜਸਟ ਕਰਨ ਦੀ ਬੜੀ ਕਮਾਲ ਦੀ ਸਮਰੱਥਾ ਹੈ ਅਸੀਂ ਇਹਨਾਂ ਨੂੰ ਕਿਹਾ ਸੀ ਸਾਡੇ ਕੋਲ ਜੇ ਨੰਬਰ ਵੱਧ ਰਿਹਾ ਵੀ ਤੁਸੀਂ ਥੋੜ੍ਹਾ ਤੰਗ ਹੋ ਕੇ ਭੀੜੇ ਹੋ ਕੇ ਇੱਥੇ ਬਿਸਤਰੇ ਲਾ ਕੇ ਜਿਹੜੇ ਰਸਤੇ ਹੈ ਉਹ ਕਹਿੰਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਵੀ ਅਸੀਂ ਕਿਤੇ ਵੀ ਬਿਸਤਰੇ ਲਾ ਕੇ ਅਸੀਂ ਆਪਸ 'ਚ ਵੀ ਥੋੜ੍ਹੀ ਟਾਈਟ ਹੋ ਜਾਵਾਂਗੀ ਅਤੇ ਇੱਥੇ ਸੈਂਟਰ 'ਚ ਵੀ ਬਿਸਤਰੇ ਲਾ ਕੇ ਜਿਹੜਾ ਅਸੀਂ ਰਸਤਾ ਛੱਡਿਆ ਵਾ ਉੱਥੇ ਵੀ ਅਸੀਂ ਸੌ ਜਾਵਾਂਗੇ ਸਾਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਹੈ ਅਸੀਂ 300 ਲੇਡੀ ਦਾ ਇੰਤਜ਼ਾਮ ਕੀਤਾ ਅਸੀਂ 400 ਤੱਕ ਇੱਥੇ ਐਡਜਸਟ ਕਰ ਸਕਦੇ ਹਾਂ ਹੁਣ ਤੁਸੀਂ ਦੇਖ ਲਿਆ ਕਿਸ ਤਰ੍ਹਾਂ ਸਾਡੀ ਮਾਵਾਂ ਧੀਆਂ ਬੇਟੀਆਂ ਬੱਚੀਆਂ ਦਾ ਹੌਸਲਾ ਨਾ ਕਿ ਖੁਦ ਬੁਲੰਦ ਹੋਇਆ ਬਟ ਇਹਨਾਂ ਦੀ ਇੱਥੇ ਪ੍ਰੈਜੈਂਸ ਕਰਕੇ ਹੋਰਾਂ ਦੇ ਵੀ ਹੌਸਲਾ ਵੱਧ ਰਿਹਾ ਕਿਸ ਤਰ੍ਹਾਂ ਇਹਨਾਂ ਨੂੰ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਜਿੱਥੇ ਸਰਕਾਰ ਦੇ ਵੱਲੋਂ ਬੇਸਿਕ ਨੈਸੈਸਿਟੀਜ਼ ਦੀ ਕੋਈ ਇਸ ਵੇਲੇ ਸਾਨੂੰ ਨਹੀਂ ਜਾਣਕਾਰੀ ਦਿਸ ਰਹੀ ਉੱਥੇ ਇਸ ਤਰ੍ਹਾਂ ਦੀ ਸੰਸਥਾਵਾਂ ਇਹਨਾਂ ਲਈ ਰਹਿਣ ਸਹਿਣ ਦਾ ਸਾਰਾ ਇੰਤਜ਼ਾਮ ਕਰ ਰਹੀਆਂ ਹਨ ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਔਨ ਦ ਗਰਾਊਂਡ ਦੀ ਤੁਹਾਨੂੰ ਰਿਪੋਰਟ ਦਿੰਦੇ ਰਹਾਂਗੇ ਬਟ ਹੁਣ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ